ਸਤਿ ਸ਼੍ਰੀ ਅਕਾਲ ਜੀ। ਆਖਿਰਕਾਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਣ ਵਾਲਾ ਅੱਜ ਫੈਸਲਾ ਲੁਧਿਆਣਾ ਤੋਂ ਆਉਂਦਾ ਹੈ, ਜਿੱਥੇ ਮਾਣਯੋਗ ਅਦਾਲਤ ਇੱਕ ਫੈਸਲਾ ਸੁਣਾਉਂਦੀ ਆ, ਜਿਸ ਫੈਸਲੇ ਦੇ ਨਾਲ ਲੋਕਾਂ ਦੇ ਵਿੱਚ ਇੱਕ ਆਸ ਜਿਹੜੀ ਜ਼ਰੂਰ ਜਾਗ ਗਈ ਆ ਕਿ ਦੇਰ ਆਏ ਦਰੁਸਤ ਆਏ। ਭਾਵੇਂ ਕਿ ਅਦਾਲਤਾਂ ਦੇ ਫੈਸਲੇ ਲੇਟ ਦੇਰ ਹੋ ਜਾਂਦੀ ਆ, ਕਿਉਂਕਿ ਬੜੇ ਕਾਨੂੰਨੀ ਦਾਅ ਪੇਸ਼ ਹੁੰਦੇ ਆ ਇਹਦੇ ਵਿੱਚ, ਪਰ ਜਦੋਂ ਫੈਸਲਾ ਦੇਰ ਤੋਂ ਬਾਅਦ ਵੀ ਅਜਿਹੇ ਮੋੜ ਦੇ ਵਿੱਚ ਆਵੇ ਤਾਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲਦੀ ਹੈ। ਕਿਉਂਕਿ ਲੁਧਿਆਣੇ ਤੋਂ ਇੱਕ ਬਹੁਤ ਇਤਿਹਾਸਿਕ ਫੈਸਲਾ ਹੁੰਦਾ, ਜਿੱਥੇ ਦਿਲਰੋਜ਼ ਦੀ, ਜੀ ਹਾਂ ਦਿਲਰੋਜ਼, ਜਿਸ ਨੂੰ 2.5 ਸਾਲ ਪਹਿਲਾਂ ਉਸਦੀ ਮੂੰਹ ਬੋਲੀ ਭੂਆ ਗੁਆਂਢ ਦੇ ਵਿੱਚ ਰਹਿੰਦੀ ਆ, ਉਸਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅਦਾਲਤ ਦੇ ਵੱਲੋਂ ਇੱਕ ਫੈਸਲਾ ਹੁੰਦਾ ਹੈ, ਜਿਸ ਮੂੰਹ ਬੋਲੀ ਭੂਆ ਨੇ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ, ਦਿਲਰੋਜ਼ ਨੂੰ ਅੱਜ ਫਾਂਸੀ ਦੀ ਸਜ਼ਾ ਅਦਾਲਤ ਨੂੰ ਅਦਾਲਤ ਨੇ ਜਿਹੜੀ ਆ ਸੁਣਾਈ ਹੈ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਥੇ ਵਿਸ਼ੇਸ਼ ਤੌਰ 'ਤੇ ਵਿਸ਼ਾਲ ਸੈਣੀ ਜੀ ਐਡਵੋਕੇਟ ਨੇ, ਉਹ ਸਾਡੇ ਨਾਲ ਮੌਜੂਦ ਨੇ, ਅਤੇ ਸਾਡੇ ਜਿਹੜੇ ਚੈਨਲ ਦੇ ਮਾਲਕ ਆਪਾਂ ਕਹਿ ਸਕਦੇ ਹਾਂ ਰਕੇਸ਼ ਰਾਣਾ ਜੀ, ਜੋ ਕਿ MD ਹੈ ਪ੍ਰਾਈਮ TV ਪੰਜਾਬ ਦੇ, ਜਿਹੜੇ MD ਨੇ ਉਹ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡੇ ਕੋਲ ਆਪਾਂ ਆਵਾਂਗੇ ਵਿਸ਼ਾਲ ਜੀ, ਕਿਸ ਤਰ੍ਹਾਂ ਦੇਖਦੇ ਹੋ ਇੱਕ ਇਤਿਹਾਸਿਕ ਫੈਸਲਾ ਜਿਹੜਾ ਅੱਜ ਹੋਇਆ ਹੈ ਲੁਧਿਆਣਾ ਦੀ ਮਾਣਯੋਗ ਅਦਾਲਤ ਦੇ ਵੱਲੋਂ? ਦੇਖੋ, ਜਿਹੜਾ ਇਹ ਇੰਸੀਡੈਂਟ ਹੋਇਆ ਸੀ ਇਹ ਲਗਭਗ 2021 ਦੇ ਵਿੱਚ ਲੁਧਿਆਣੇ ਦੇ ਵਿੱਚ ਹੋਇਆ ਸੀ। ਗੱਲ ਕੀ ਸੀਗੀ, ਜਿਹੜੀ ਦਿਲਰੋਜ਼ ਦੇ ਮਾਂ ਵਾਲੇ ਪਿਓ ਸੀਗੇ, ਉਹਨਾਂ ਦੀ ਜਿਹੜੀ ਇਹ ਦੋਸ਼ੀ ਸੀ ਨੀਲਮ, ਆਪਸ ਦੇ ਵਿੱਚ ਕੋਈ ਲੜਾਈ ਹੁੰਦੀ ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਹਿਣ ਸ਼ਕਤੀ ਹੈ ਸਾਡੇ ਲੋਕਾਂ ਦੇ ਵਿੱਚ ਉਹ ਬੜੀ ਘੱਟਦੀ ਜਾਂਦੀ ਵੀ। ਮਾਂ ਪਿਓ ਨਾਲ ਲੜਾਈ ਹੁੰਦੀ ਹੈ ਅਤੇ ਉਹਦਾ ਜਿਹੜਾ ਰਿਜ਼ਲਟ ਹੈ ਉਹ ਉਸ ਛੋਟੀ ਬੱਚੀ ਨੂੰ, ਮਾਸੂਮ ਬੱਚੀ ਨੂੰ ਭੁਗਤਣਾ ਪੈਂਦਾ ਹੈ। ਉਹਨੂੰ ਇੱਕ ਖੱਡਾ ਪੱਟ ਕੇ ਦੋਸ਼ੀ ਨੀਲਮ ਵੱਲੋਂ ਉਹਦੇ 'ਚ ਦਵਾਇਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਉਹਨੂੰ ਦੇਖਿਆ ਜਾਂਦਾ, CCTV ਫੁਟੇਜ ਜਦੋਂ ਸਾਹਮਣੇ ਆਉਂਦੀਆਂ ਹੈ ਤਾਂ ਪਤਾ ਲੱਗਦਾ ਕਿ ਉਹਨੂੰ ਇੱਕ ਜਗ੍ਹਾ 'ਤੇ ਦਵਾਇਆ ਹੋਇਆ। ਉਸ ਤੋਂ ਬਾਅਦ ਉਹਨੂੰ ਦਯਾਨੰਦ ਜਿਹੜਾ DMC ਹੋਸਪਿਟਲ ਹੈ ਉੱਥੇ ਲੈ ਕੇ ਜਾਂਦੇ ਤਾਂ ਉਹਨਾਂ ਵੱਲੋਂ ਡੈੱਡ ਡਿਕਲੇਅਰ ਹੈ ਜਿਹੜਾ ਕੀਤਾ ਗਿਆ। ਪਰ ਗੱਲ ਇਹ ਹੈ ਕਿ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਜੁਰਮ ਹੈ ਉਹ ਪੰਜਾਬ ਦੇ ਵਿੱਚ ਵੀ, ਅਸੀਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਵੀ, ਅਦਰ ਦੈਨ ਅਦਰ ਸਟੇਟ ਦੇ ਵਿੱਚ ਵੀ ਜਾਈਏ ਤਾਂ ਜੁਰਮ ਬਹੁਤ ਜ਼ਿਆਦਾ ਜਿਹੜੇ ਆ ਉਹ ਹੋ ਰਹੇ। ਪਰ ਜਿਹੜੀ ਇਹ 2 ਸਾਲ ਦੇ ਬੱਚੇ ਨਾਲ ਹੋਇਆ, ਇਹ ਬੜਾ ਦਿਲ ਨੂੰ ਦਹਿਲਾਉਣ ਵਾਲਾ ਜਿਹੜਾ ਇੰਸੀਡੈਂਟ ਹੈ ਉਹ ਹੋਇਆ ਸੀ। ਚਲੋ ਅੱਜ ਸਾਨੂੰ ਉਹਦੇ ਮਾਂ ਪਿਓ ਵੀ, ਬੱਚੀ ਦੇ ਕਿ ਉਹਨਾਂ ਨੂੰ ਵੀ ਇਹ ਹੋਇਆ ਕਿ ਕਾਨੂੰਨ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਹੈ ਜਿਹੜਾ ਉਹ ਹੋਇਆ ਸੀ। ਚਲੋ ਇੱਕ ਗੱਲ ਹੋਰ ਹੈ ਕਿ ਸਰਕਾਰਾਂ ਨੂੰ ਚਾਹੀਦਾ ਕਿ ਜਿੰਨੀਆਂ ਜ਼ਿਆਦਾ ਹੋ ਸਕੇ ਹਰ ਡਿਸਟ੍ਰਿਕਟ ਦੇ ਵਿੱਚ 3 ਤੋਂ 4 ਜਿਹੜੀ ਉਹ ਫਾਸਟ ਟਰੈਕ ਕੋਰਟ ਹੈ ਜਿੱਥੇ ਹੀਨੀਅਸ ਕ੍ਰਾਈਮ ਹੁੰਦਾ ਹੈ ਉਹਨਾਂ ਨੂੰ ਸੋਲਵ ਕਰਨ ਵਾਸਤੇ ਜਿੰਨੀਆਂ ਜ਼ਿਆਦਾ ਹੋ ਸਕੇ ਫਸਟ ਟਰੈਕ, ਕਿਉਂਕਿ ਇੱਕ ਜਿਹੜਾ ਇੰਸੀਡੈਂਟ ਹੋਇਆ ਸੀ 2021 'ਚ ਹੋਇਆ, ਇਨਸਾਫ ਕਦੋਂ ਮਿਲਿਆ 2024 'ਚ। ਕਿਤੇ ਨਾ ਕਿਤੇ ਇਹ ਸਾਡੀਆਂ ਸਰਕਾਰਾਂ ਦੀ ਵੀ ਇੱਕ ਨਾਕਾਮੀ ਹੈ ਕਿ ਅਸੀਂ ਜਿਹੜਾ ਜਸਟਿਸ ਹੈ ਉਹਨੂੰ ਅਸੀਂ ਡਿਲੇ ਕਰ ਰਹੇ ਹਾਂ। ਜਿੰਨਾ ਜਲਦੀ ਹੋ ਸਕੇ ਜਸਟਿਸ ਉਨਾ ਜਲਦੀ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਆਪਾਂ ਰਾਣਾ ਜੀ ਕੋਲ ਜਾਂਦੇ ਹਾਂ। ਰਾਣਾ ਜੀ, ਕਿਸ ਤਰ੍ਹਾਂ ਦੇਖਦੇ ਹੋ, ਭਾਵੇਂ ਕਿ 2.5 ਸਾਲ ਲੱਗ ਗਏ ਫੈਸਲਾ ਆਉਣ ਨੂੰ, ਪਰ ਜਦੋਂ ਫੈਸਲਾ ਆਉਂਦਾ ਹੈ ਅੱਜ ਰੋ ਰਹੇ ਸੀ ਉਹਦੇ ਪਿਤਾ ਜੀ ਵੀ, ਪਰ ਰੋਂਦੇ ਰੋਂਦੇ ਧੰਨਵਾਦ ਜ਼ਰੂਰ ਕਰ ਰਹੇ ਸੀਗੇ ਮੀਡੀਆ ਦਾ ਵੀ ਅਤੇ ਜੱਜ ਸਾਹਿਬ ਦਾ ਵੀ, ਉਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਭਗਵੰਤ ਜੀ, ਇੱਕ ਇਤਿਹਾਸਿਕ ਫੈਸਲਾ ਜੋ ਅੱਜ ਆਇਆ, ਇੱਕ ਤਾਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ। ਅਜਿਹੇ ਫੈਸਲੇ ਇੱਕ ਮਿਸਾਲ ਹੁੰਦੇ ਨੇ ਉਹਨਾਂ ਲਈ ਜੋ ਕ੍ਰਾਈਮ ਕਰਦੇ ਨੇ, ਕਿਤੇ ਨਾ ਕਿਤੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ। ਜੇਕਰ ਤੁਸੀਂ ਕ੍ਰਾਈਮ ਕਰੋਗੇ ਤਾਂ ਹੁਣ ਉਹ ਸਮਾਂ ਨਹੀਂ ਹੈ ਕਿ ਕਾਫੀ ਲੰਬੇ ਸਮੇਂ ਤੱਕ ਲਟਕਦਾ ਰਹੇਗਾ। ਉਨੀ ਦੇਰ ਨੂੰ ਇਨਸਾਨ ਆਪਣੀ ਉਮਰ ਵੀ ਭੋਗ ਜਾਂਦਾ ਹੈ ਜਦੋਂ ਤੱਕ
ਰਿਜ਼ਲਟ ਆਉਂਦੇ ਨੇ, ਮਤਲਬ ਸਜ਼ਾ ਹੁੰਦੀ ਹੈ ਜਾਂ ਉਸਦਾ ਡਿਸੀਜਨ ਹੁੰਦਾ ਹੈ, ਪਰ ਸ਼ੋਰਟ ਟਰਮ ਜ਼ਿਆਦਾ ਨਹੀਂ, ਦੋ ਤੋਂ ਢਾਈ ਸਾਲ ਦੇ ਵਿੱਚ ਇਹ ਫੈਸਲਾ ਆ ਗਿਆ ਹੈ, ਬੜਾ ਹੀ ਸ਼ਲਾਘਾਯੋਗ ਕਦਮ ਹੈ। ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਦੋਂ ਕਿਤੇ ਨਾ ਕਿਤੇ ਅਧਿਆਪਕਾਂ ਵੱਲੋਂ ਡਰ ਦਿੱਤਾ ਜਾਂਦਾ ਸੀਗਾ ਕਿ ਜੇ ਤੁਸੀਂ ਨਹੀਂ ਪੜ੍ਹੋਗੇ ਤਾਂ ਤੁਹਾਨੂੰ ਸਜ਼ਾ ਦਿੱਤੀ ਜਾਊਗੀ। ਮੈਂ ਪਹਿਲਾਂ ਦੀ ਗੱਲ ਕਰਿਆ ਹੈ, ਸਜ਼ਾ ਦੇ ਡਰ ਨਾਲ ਬੱਚੇ ਪੜ੍ਹਦੇ ਸੀ, ਅਤੇ ਮਤਲਬ ਉਹ ਇੱਕ ਡਰ ਜ਼ਰੂਰ ਹੋਣਾ ਚਾਹੀਦਾ ਹੈ ਹਰ ਇੱਕ ਉਸ ਕ੍ਰਾਈਮ ਕਰਨ ਵਾਲੇ ਇਨਸਾਨ ਦੇ ਮਨ ਦੇ ਵਿੱਚ ਕਿ ਜੇਕਰ ਮੈਂ ਕੋਈ ਕ੍ਰਾਈਮ ਕਰਾਂਗਾ ਤਾਂ ਮੈਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪਰ ਪਹਿਲਾਂ ਕੀ ਹੁੰਦਾ ਸੀਗਾ, ਕਾਫੀ ਲੰਬੇ ਲੰਬੇ ਸਮੇਂ ਤੱਕ ਕੇਸ ਚੱਲਦੇ ਰਹਿੰਦੇ ਸੀਗੇ, ਅਦਾਲਤਾਂ ਦੀਆਂ ਫਾਈਲਾਂ ਭਰੀਆਂ ਰਹਿੰਦੀਆਂ ਸੀਗੀਆਂ, ਕਿੰਨੇ ਲੱਖ ਕੇਸ ਅੱਜ ਵੀ ਚਾਹੇ ਪੈਂਡਿੰਗ ਨੇ, ਪਰ ਅਜਿਹੇ ਫੈਸਲੇ ਜੋ ਇਤਿਹਾਸਕ ਹੈ ਉਹ ਜ਼ਰੂਰ, ਇਸ ਦੇ ਵਿੱਚ ਮੈਂ ਕਹਿੰਦਾ ਕਿ ਜਲਦੀ ਫੈਸਲਾ ਆਇਆ ਅਤੇ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਜੋ ਕਿ ਇਨਸਾਫ ਦੇ ਲਈ ਭਟਕ ਰਿਹਾ ਸੀਗਾ। ਅਜਿਹਾ ਹੀ ਫੈਸਲਾ ਨਹੀਂ, ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਨਿਰਭੈ ਕਾਂਡ ਸਾਰਿਆਂ ਨੂੰ ਯਾਦ ਹੋ ਗਿਆ, ਜਿਸ ਨੇ ਇੱਕ ਵਾਰ ਹਿੰਦੁਸਤਾਨ ਨੂੰ ਦਹਿਲਾ ਦਿੱਤਾ ਸੀਗਾ ਕਿ ਅਜਿਹਾ ਕਾਂਡ। ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਅਜਿਹਾ ਫੈਸਲਾ ਸੁਣਾਇਆ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਰੂਹ ਕੰਬਾ ਦੇਣ ਵਾਲਾ ਉਹ ਵਾਕਿਆ ਸੀ, ਅਤੇ ਉਸ ਤੋਂ ਬਾਅਦ ਅਜਿਹੇ ਆਰੋਪੀਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਇਤਿਹਾਸ ਰਚਿਆ ਗਿਆ ਸੀ। ਇੱਕ ਵਾਰ ਫਿਰ ਅਜਿਹਾ ਇਤਿਹਾਸ ਲੁਧਿਆਣਾ ਮਾਨਯੋਗ ਕੋਰਟ ਵੱਲੋਂ ਦਿੱਤਾ ਗਿਆ, ਮੈਂ ਸਵਾਗਤ ਕਰਦਾ। ਅਜਿਹੇ ਸਖ਼ਤ ਜੋ ਆਦੇਸ਼ ਨੇ ਲਗਾਤਾਰ ਜੇਕਰ ਮਾਨਯੋਗ ਅਦਾਲਤਾਂ ਵੱਲੋਂ ਆਉਂਦੇ ਰਹੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕ੍ਰਾਈਮ ਹੈ ਉਹ ਜ਼ਰੂਰ ਘਟੇਗਾ। ਆਪਾਂ ਗੱਲਬਾਤ ਇਸੇ ਨੂੰ ਜਾਰੀ ਰੱਖਾਂਗੇ, ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਆਪਾਂ ਵਕੀਲ ਸਾਹਿਬ, ਕਿਉਂਕਿ ਤੁਸੀਂ ਤਾਂ ਕਚਹਿਰੀ ਦੇ ਵਿੱਚ ਹੁੰਦੇ ਹੋ, ਦੇਖਦੇ ਹੋ, ਜਦੋਂ ਕਿਸੇ ਦੇ ਅੰਗੇਜ਼ ਤੁਸੀਂ ਕੇਸ ਲੜ ਰਹੇ ਹੋ, ਜਦੋਂ ਦੇਖਦੇ ਹੋ ਕਿ ਕੋਈ ਦੋਸ਼ੀ ਆ ਜਿਹਦੇ ਕੋਈ ਕ੍ਰਾਈਮ ਕੀਤਾ ਹੋਇਆ, ਭਾਵੇਂ ਕਿ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਹੋਵੇ, ਜਦੋਂ ਉਹਨੂੰ ਡਿਫੈਂਡ ਕੀਤਾ ਜਾਂਦਾ ਜਾਂ ਉਹਦੀ ਬੇਲ ਲੱਗਦੀ ਆ ਤਾਂ ਦਿਲ ਨੂੰ ਕਿਤੇ ਨਾ ਕਿਤੇ ਦੁੱਖ ਪਹੁੰਚਦਾ ਹੈ ਵੀ ਜਦੋਂ ਇੱਕ ਤਰ੍ਹਾਂ ਦਾ ਕੋਰਟ ਤੋਂ ਬਾਹਰ ਜਾਂ ਆਜ਼ਾਦ ਹੋ ਕੇ ਘੁੰਮਣ ਦੀ ਉੱਥੇ ਚਲਾ ਜਾਂਦਾ ਹੈ, ਦਿਲ ਨੂੰ ਦੁੱਖ ਲੱਗਦਾ ਹੈ ਕਿ ਇਹਦੇ ਤੋਂ ਯਾਰ ਸਜ਼ਾ ਮਿਲਣੀ ਚਾਹੀਦੀ ਸੀ ਪਰ ਬਾਹਰ ਚਲਾ ਗਿਆ, ਕਦੇ ਲੱਗਿਆ ਕਦੇ ਇੱਦਾਂ। ਦੇਖੋ ਮੋਸਟਲੀ ਜਿਹੜੇ ਕੇਸ ਹੈ, ਅੱਜ ਮੈਂ ਜਿਹੜਾ ਵਕੀਲ ਭਾਈਚਾਰਾ ਹੈ, ਮੈਂ ਉਹਨਾਂ ਦੀ ਪ੍ਰੇਸ ਕਰਨਾ ਚਾਹੁੰਦਾ ਕਿ ਜਿੰਨੇ ਅੱਜ ਦੀ ਡੇਟ ਦੇ ਵਿੱਚ ਇੱਕ ਚਿੱਟਾ ਇਹੋ ਜਿਹੀ ਆ ਜਿਹੜਾ ਨਸ਼ਾ ਹੈ, ਵਕੀਲ ਭਾਈਚਾਰਾ ਬਹੁਤ ਗੁਰੇਜ਼ ਕਰਦਾ ਕਿ ਅਸੀਂ ਉਹ ਕੇਸ ਲੜੀਏ, ਕਿਉਂਕਿ ਪੰਜਾਬ ਦੇ ਵਿੱਚ ਨਹੀਂ, ਇਹਨਾਂ ਆਲ ਓਵਰ ਵਰਲਡ ਦੇ ਵਿੱਚ ਜਿਹੜੀ ਆਪਣੀ ਆ ਉਹ ਪੈਰ ਪਸਾਰ ਚੁੱਕਿਆ, ਔਰ ਜਿਹੜਾ ਇਸ ਚੀਜ਼ 'ਤੇ ਲੱਗ ਚੁੱਕਿਆ ਨਸ਼ੇ 'ਤੇ ਜਿਹੜਾ ਚਿੱਟੇ 'ਤੇ ਲੱਗ ਗਿਆ, ਉਹਦੀ ਜ਼ਿਆਦਾ ਉਮਰ ਨਹੀਂ ਹੈ, ਮੰਨ ਕੇ ਚੱਲੋ ਕਿ ਉਹ 6 ਜਾਂ 7 ਮਹੀਨੇ, ਜੇਕਰ ਉਹਨੂੰ ਉਹ ਸੈੱਟ ਹੋ ਗਿਆ ਨਸ਼ੇ ਤੋਂ ਚਿੱਟੇ ਤੋਂ ਦੂਰ ਹੋ ਗਿਆ, ਹਾਂ ਉਹਦੀ ਜਿਹੜੀ ਹੈ ਉਹ ਲਾਈਨ 'ਤੇ ਆ ਜਾਂਦਾ, ਅਦਰਵਾਈਜ਼ ਜਿਹੜੀ ਉਹਦੀ ਲਾਈਫ ਹੈ ਉਹ ਬਹੁਤ ਘੱਟ ਹੈ। ਪਰ ਅੱਜ ਦੇ ਟਾਈਮ 'ਚ ਜੇ ਮੈਂ ਵਕੀਲ ਭਾਈਚਾਰਾ, ਅਸੀਂ ਮੋਸਟਲੀ ਮੈਂ ਨੰਗਲ ਅਨੰਦਪੁਰ ਸਾਹਿਬ ਦੇ ਵਿੱਚ ਮੈਂ ਪ੍ਰੈਕਟਿਸ ਕਰਦਾ, ਮੋਸਟਲੀ ਵਕੀਲ ਆ ਜਿਹੜੇ ਉਹ ਚਾਹੇ ਪੋਕਸੋ ਹੋਵੇ, ਚਾਹੇ ਜਿਹੜੇ ਜਿੱਥੇ ਪਤਾ ਹੈ ਕਿ ਸੁਸਾਇਟੀ ਨੂੰ ਇਸ ਕ੍ਰਾਈਮ ਨਾਲ ਇੱਕ ਨੁਕਸਾਨ ਹੋਣ ਵਾਲਾ ਹੈ, ਉੱਥੇ ਜਿਹੜੇ ਐਡਵੋਕੇਟਸ ਆ ਉਹ ਬਹੁਤ ਜ਼ਿਆਦਾ ਘੱਟ ਆਪਣੀ ਜਿਹੜੀ ਵਕਾਲਤ ਹੈ ਉਹ ਉੱਥੇ ਕਰ ਰਹੇ ਹੈ। ਤਾਂ ਮੈਂ ਰਾਣਾ ਜੀ ਤੁਹਾਡੇ ਤੋਂ ਵੀ ਇਹ ਜਾਣਨਾ ਚਾਹੁੰਦਾ, ਜੇਕਰ ਅਜਿਹੇ ਇਤਿਹਾਸਿਕ ਫੈਸਲੇ, ਭਾਵੇਂ ਕੇਸ ਰੇਪ ਦਾ ਹੋਵੇ, ਭਾਵੇਂ ਕੇਸ ਨਸ਼ੇ ਦਾ ਹੋਵੇ, ਜਾਂ ਅਜਿਹੇ ਹੋਰ ਕੇਸ ਜਿਸ ਤਰ੍ਹਾਂ ਜੋ ਦਹਿਲਾ ਦਿੰਦੇ ਨੇ ਸਮਾਜ ਨੂੰ, ਜਿਹਦੇ ਡਰ ਤੋਂ ਸਮਾਜ ਦਹਿਲ ਜਾਂਦਾ, ਡਰ ਜਾਂਦਾ, ਜੇ ਅਜਿਹੇ ਇਤਿਹਾਸਿਕ ਫੈਸਲੇ ਉਹਨਾਂ ਕੇਸਾਂ ਦੇ ਵਿੱਚ ਵੀ ਆ ਜਾਣ ਤਾਂ ਕੀ ਲੱਗਦਾ ਜੀ ਆਪਾਂ ਇਹ ਜੁਰਮ ਨੂੰ ਠੱਲ ਪਾ ਸਕਦੇ ਕਿਤੇ ਨਾ ਕਿਤੇ? ਉਹ ਜੀ ਦੇਖੋ, ਅੱਜ ਦੀ ਜੋ ਡਿਬੇਟ ਹੈ ਇਸਦਾ ਮੋਟਿਵ ਸਿਰਫ ਇਹੀ ਨਹੀਂ ਹੈ ਕਿ ਜੋ ਇੱਕ ਰੇਪ ਦਾ ਕੇਸ ਹੋਇਆ ਸੀਗਾ, ਦਿਲ ਦਹਿਲਾਉਣ ਵਾਲਾ ਨਿਰਭੈ ਕਾਂਡ, 2 ਸਾਲ ਦੀ ਬੱਚੀ ਜਿਸਦਾ ਮਰਡਰ ਕਰ ਦਿੱਤਾ ਗਿਆ ਸੀਗਾ,
ਦੋ ਤੋਂ ਢਾਈ ਸਾਲ ਬਾਅਦ ਫੈਸਲਾ ਆਉਂਦਾ ਹੈ। ਅਜਿਹੇ ਕ੍ਰਾਈਮ ਨਹੀਂ, ਕ੍ਰਾਈਮ ਹਿੰਦੁਸਤਾਨ ਦੇ ਵਿੱਚ ਇੰਨੇ ਨੇ ਕਿ ਜ਼ਿਆਦਾਤਰ ਕ੍ਰਾਈਮ ਦਾ ਟਰੇਸ ਵੀ ਨਹੀਂ ਹੋ ਪਾ ਰਹੇ। ਜੇਕਰ ਟਰੇਸ ਹੋ ਜਾਂਦਾ ਹੈ ਤਾਂ ਜਿਹੜਾ ਕ੍ਰਿਮੀਨਲ ਹੈ ਉਸਨੂੰ ਸਜ਼ਾ ਵੀ ਨਹੀਂ ਮਿਲਦੀ। ਕਿਤੇ ਨਾ ਕਿਤੇ ਮੈਂ ਇਹ ਸੋਚਦਾ ਕਿ ਜੋ ਸਾਡੀ ਕਾਨੂੰਨੀ ਪ੍ਰਕਿਰਿਆ ਹੈ ਕਿਤੇ ਨਾ ਕਿਤੇ ਲੂਜ਼ ਕੜੀ ਉੱਚ ਜ਼ਰੂਰ ਹੈ ਕਿ ਇੰਨਾ ਸਮਾਂ ਵਕਤ ਲੱਗ ਜਾਂਦਾ ਹੈ ਇਨਸਾਫ਼ ਮਿਲਣ ਨੂੰ ਉਹਨੂੰ ਪਰਿਵਾਰਾਂ ਦੇ ਵਿੱਚ। ਮੈਂ ਇੱਕ ਤੁਹਾਨੂੰ ਇੱਕ ਗੱਲ ਦੱਸਦਾ ਹੈ, ਹੁਣ ਇੱਕ ਫਿਲਮ ਬਣੀ ਸੀਗੀ ਉੜਦਾ ਪੰਜਾਬ, ਉਸਦੇ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਚਿੱਟਾ ਇਸ ਤਰ੍ਹਾਂ ਆਪਣੇ ਪੈਰ ਪਸਾਰ ਗਿਆ ਹੈ ਕਿ ਫਿਲਮਾਂ ਤੱਕ ਬਣ ਗਈਆਂ ਨੇ ਉਸਦੇ ਉੱਪਰ। ਪਰ ਗੱਲ ਕਰਦੇ ਹਾਂ, ਅੱਜ ਹਰ ਇੱਕ ਬੱਚੇ ਨੂੰ ਪਤਾ ਹੈ ਕਿ ਚਿੱਟਾ ਕੀ ਹੈ, ਪਰ ਕੀ ਪ੍ਰਸ਼ਾਸਨ ਨੂੰ ਨਹੀਂ ਪਤਾ ਕਿ ਚਿੱਟਾ ਕੀ ਹੈ, ਕਿੱਥੋਂ ਮਿਲਦਾ ਹੈ? ਇੱਕ ਮੈਂ ਵੀਡੀਓ ਦੇਖੀ ਸੀ, ਉਸਦੇ ਵਿੱਚ ਇੱਕ ਵਿਅਕਤੀ ਨੇ ਔਨ ਕੈਮਰਾ ਦਾਅਵਾ ਕੀਤਾ ਸੀ ਕਿ ਮੈਂ ਦੱਸਦਾ ਹਾਂ ਕਿ ਚਿੱਟਾ ਕਿੱਥੇ ਮਿਲ ਰਿਹਾ ਹੈ, ਤੁਸੀਂ ਚਲੋ ਉਹਨਾਂ ਨੂੰ ਪਕੜੋ, ਪਰ ਨਹੀਂ ਕਾਰਵਾਈ ਹੁੰਦੀ। ਕਿਤੇ ਨਾ ਕਿਤੇ ਮੈਂ ਵੀ ਮੰਨਦਾ ਹਾਂ ਕਿ ਪ੍ਰਸ਼ਾਸਨ ਦਾ ਇੱਕ ਅਹਿਮ ਰੋਲ ਹੈ ਕਿ ਜੋ ਕਾਨੂੰਨ ਹੈ ਉਹਨਾਂ ਨੂੰ ਸਖਤੀ ਨਾਲ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਜੇਕਰ ਪ੍ਰਸ਼ਾਸਨ ਸਖਤੀ ਨਾਲ ਇਹਨਾਂ ਨੂੰ ਕਰੇ ਤਾਂ ਇੱਕ ਰੇਸ਼ੋ ਹੈ ਜੋ ਕ੍ਰਾਈਮ ਦੀ ਉਹ ਘੱਟ ਸਕਦੀ ਹੈ। ਦੂਜੀ ਗੱਲ, ਹਿੰਦੁਸਤਾਨ ਤੋਂ ਬਾਹਰ ਦੀ ਜੇ ਮੈਂ ਗੱਲ ਕਰਾਂ, ਮੈਂ ਮਲੇਸ਼ੀਆ ਕੰਟਰੀ ਗਿਆ ਸੀਗਾ, ਮਲੇਸ਼ੀਆ ਦੀ ਗੱਲ ਕਰਦਾ ਮੈਂ, ਉੱਥੇ ਇੱਕ ਕਾਨੂੰਨ ਹੈ 1983 ਦੇ ਵਿੱਚ ਕਾਨੂੰਨ ਬਣਾਇਆ ਗਿਆ ਸੀ, ਜੇਕਰ ਕੋਈ ਡਰੱਗ ਨਸ਼ਾ ਕੋਈ ਕੈਰੀ ਕਰਦਾ ਹੈ ਜਾਂ ਉਸਦਾ ਕੰਮ ਕਰਦਾ ਹੈ ਤਾਂ ਉਸਨੂੰ ਮੌਤ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਉੱਥੇ ਦਿੱਤਾ ਗਿਆ ਹੈ। ਜੇਕਰ ਮਲੇਸ਼ੀਆ ਇੱਕ ਛੋਟੀ ਜਿਹੀ ਕੰਟਰੀ ਹੈ, ਅਜਿਹੀ ਕੰਟਰੀ ਦੇ ਵਿੱਚ ਕਾਨੂੰਨ ਇੰਨੇ ਸਖਤ ਨੇ, ਅਜਿਹੇ ਕਾਨੂੰਨਾਂ ਨੂੰ ਸਾਡੇ, ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਦੇਸ਼ ਵਿੱਚ ਕਾਨੂੰਨ ਸਖਤ ਨਹੀਂ ਹੈ, ਪਰ ਉਹਨਾਂ 'ਤੇ ਇੰਪਲੀਮੈਂਟ ਕਰਨ ਦੀ ਵੀ ਜ਼ਰੂਰਤ ਹੈ। ਅਤੇ ਜੋ ਕਾਨੂੰਨ ਦੇ ਫੈਸਲੇ ਨੇ, ਮਾਨਯੋਗ ਅਦਾਲਤਾਂ ਦੇ ਫੈਸਲੇ ਨੇ, ਜੇਕਰ ਉਹ ਜਲਦੀ ਆ ਜਾਵੇ ਅਤੇ ਕੁਝ ਅਜਿਹੇ ਸਖਤ ਫੈਸਲੇ ਆ ਜਾਣ ਜਿਵੇਂ ਡਰੱਗ ਕੈਰੀ ਕਰਨ ਵਾਲੇ ਨੂੰ ਮੌਤ ਦੀ ਸਜ਼ਾ, ਜੇਕਰ ਇੱਦਾਂ ਦੀ ਇੱਕ ਦੋ ਉਦਾਹਰਣਾਂ ਸਾਡੇ ਦੇਸ਼ ਦੇ ਵਿੱਚ ਸੈੱਟ ਹੋ ਜਾਵੇ ਤਾਂ ਉਹ ਦਿਨ ਦੂਰ ਨਹੀਂ ਕਿ ਹਿੰਦੁਸਤਾਨ ਚਿੱਟੇ ਤੋਂ ਮੁਕਤ ਹੋ ਜਾਏਗਾ। ਤੁਸੀਂ ਜਿਹੜੀ ਗੱਲ ਕੀਤੀ ਆ ਵੀ ਜੇ ਉਹ ਜਿਸ ਤਰ੍ਹਾਂ ਤੁਸੀਂ ਉਹਦਾ ਜ਼ਿਕਰ ਕੀਤਾ ਵੀ ਕੋਈ ਦੱਸ ਰਿਹਾ ਵੀ ਆ ਜਾਓ ਚਿੱਟਾ ਉੱਥੇ ਵਿਕਦਾ ਜਾਂ ਆਹ ਕ੍ਰਾਈਮ ਉੱਥੇ ਹੋ ਰਿਹਾ, ਆ ਜਾਓ ਮੈਨੂੰ ਵੀ ਮੈਂ ਤੁਹਾਨੂੰ ਫੜਾਉਂਦਾ। ਜੇਕਰ ਪੂਰਾ ਪ੍ਰਸ਼ਾਸਨ ਹੋਵੇ, ਸਰਕਾਰਾਂ ਹੋ ਜਾਣ, ਇੱਕ ਮੱਤ ਹੋ ਜਾਵੇ, ਕਿਉਂਕਿ ਜਦੋਂ ਕਰੋਨਾ ਕਾਲ ਸੀ 3 ਤੋਂ 3.25 ਕਰੋੜ ਦੀ ਆਬਾਦੀ ਜਿਹੜੀ ਆ ਘਰਾਂ ਦੇ ਵਿੱਚ ਡੱਕ ਦਿੱਤੀ ਸੀ, ਅਤੇ ਜੋ ਨਸ਼ਾ ਵੇਚਦੇ ਆ ਇਹਨਾਂ ਦੀ ਗਿਣਤੀ ਤਾਂ ਫਿਰ ਨਾ ਮਾਤਰ ਕਿ ਇਹਨਾਂ 'ਤੇ ਠੱਲ ਪਾਈ ਜਾ ਸਕਦੀ ਹੈ। ਵਕੀਲ ਸਾਹਿਬ ਤੁਹਾਡੇ ਤੋਂ ਜਾਣਾ ਚਾਹੁੰਦੇ ਹਾਂ, ਜੇ ਕਾਨੂੰਨ ਚਾਹੇ, ਜੇ ਸਰਕਾਰ ਚਾਹੇ, ਜੇ ਪ੍ਰਸ਼ਾਸਨ ਚਾਹੇ, ਪੈਸਾ ਦੀ ਠੱਲ ਇਹਨਾਂ 'ਤੇ ਜਾਂ ਇਹਨਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਇਹ। ਦੇਖੋ ਬਿਲਕੁਲ ਜੀ, ਅਸੀਂ ਮਹਾਂਮਾਰੀ ਦੀ ਗੱਲ ਕੀਤੀ ਹੈ ਕੋਵਿਡ ਦੀ, ਅਸੀਂ ਉਸ ਟਾਈਮ ਦੇਖਦੇ ਕਿ 140 ਕਰੋੜ ਜਨਤਾ ਪੂਰੇ ਇੰਡੀਆ ਦੀ, ਜੇਕਰ ਉਹਨੀ ਛੋਟੀ 100 ਮੀਟਰ 'ਤੇ ਵੀ ਜਾਣਾ ਤਾਂ ਵੀ ਡਰਦੇ ਸੀ ਕਿ ਸ਼ਾਇਦ ਪੁਲਿਸ ਵਾਲੇ ਆ ਜਾਣਗੇ, ਡਰ ਸੀਗਾ ਇੱਕ। ਜੇਕਰ ਅਸੀਂ ਉਹੀ ਚੀਜ਼ ਨੂੰ ਲੈ ਕੇ ਮੰਨ ਲੈਂਦੇ ਹਾਂ ਕਿ ਅੱਜ ਕਰੋਨਾ ਹੈ ਔਰ ਜਿਹੜਾ ਨਸ਼ਾ ਹੈ ਇਹ ਸਾਨੂੰ, ਅਸੀਂ ਇੱਕ ਮੋਹਤਬਰ ਬੰਦੇ ਨੂੰ ਪੁੱਛ ਲਓ ਯਾਰ ਤੁਹਾਡੇ ਪਿੰਡ 'ਚ ਕਿਹੜਾ ਬੰਦਾ ਜਿਹੜਾ ਨਸ਼ੇ ਦਾ ਕੰਮ ਕਰਦਾ, ਬਹੁਤ ਸੌਖਾ ਕੰਮ ਹੈ। ਜੇਕਰ ਪ੍ਰਸ਼ਾਸਨ, ਪੁਲਿਸ ਔਰ ਪਿੰਡਾਂ ਦੇ ਜਿਹੜੇ ਮੋਹਤਬਰ ਬੰਦੇ ਆ ਉਹ ਇੱਕ ਹੋ ਕੇ ਕੰਮ ਕਰਨ, ਅਸੀਂ ਸਿਫਾਰਸ਼ ਨਾ ਕਰੀਏ। ਮੋਸਟਲੀ ਮੈਂ ਦੇਖਿਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਹੈ ਇਹ ਇੱਕ ਡਰ ਦੇ ਵਿੱਚ ਹੁੰਦਾ, ਇੱਕ ਰਾਜਨੇਤਾ ਦੇ ਪੋਲੀਟੀਸ਼ੀਅਨ ਦੇ ਦਬਾਅ ਹੈ ਜਿਹੜਾ, ਜੇਕਰ ਉਹ ਫੋਨ ਨਾ ਕਰੇ ਚਿੱਟੇ ਦੇ ਲਈ ਕਿ ਤੁਸੀਂ ਇਹਤੋਂ 1 ਕਿਲੋ ਫੜਿਆ ਤੁਸੀਂ 200 ਗ੍ਰਾਮ ਪਾ ਦਿਉ, ਤੁਸੀਂ ਘਟਾ ਕੇ ਪਾਓ, ਜੇਕਰ ਇਹ ਹੋ ਜਾਵੇ ਤਾਂ ਓਬੀਅਸ ਹੈ ਕਿ ਜਿਹੜਾ ਨਸ਼ਾ ਹੈ, ਈਵਨ ਚਿੱਟਾ ਨਹੀਂ, ਚਾਹੇ ਤੁਸੀਂ ਸ਼ਰਾਬ ਦਾ ਲੈ ਲਓ, ਚਾਹੇ
ਕੋਈ ਵੀ ਲੈ ਲਓ ਤੁਸੀਂ, ਉਹ ਆਪਣੇ ਆਪ ਹੈ ਜਿਹੜੀ ਉਹਨੂੰ ਠੱਲ ਪਏਗੀ। ਇੱਥੇ ਬਹੁਤ ਵਧੀਆ ਗੱਲ ਜਿਹੜੀ ਹੈ ਇਹ ਕਹੀ ਹੈ ਵਕੀਲ ਸਾਹਿਬ ਨੇ ਕਿ ਜੇਕਰ ਸਰਕਾਰੀ ਜਾਂ ਗੈਰ ਸਰਕਾਰੀ ਜਿਹੜੀਆਂ ਵੀ ਜੋ ਵੀ ਚੀਜ਼ਾਂ ਹੈ, ਜੇਕਰ ਰਾਜਨੀਤਿਕ ਦਬਾਅ ਨਾ ਹੋਵੇ, ਨਾ ਫੋਨ ਮਗਰ ਆਉਣ, ਨਾ ਉਹਨਾਂ ਦੇ ਉੱਤੇ ਜਿਹੜਾ ਹੱਥ ਰੱਖਿਆ ਜਾਵੇ, ਨਾ ਉਹਨਾਂ ਦੇ ਉੱਤੇ ਸਾਇਆ ਹੋਵੇ ਕਿ ਯਾਰ ਜੋ ਮਰਜ਼ੀ ਕਰ ਤੈਨੂੰ ਆਪਾਂ ਬਚਾ ਲਾਂਗੇ, ਜੇਕਰ ਅਜਿਹੀ ਗੱਲ ਨਾ ਹੋਵੇ ਤਾਂ ਕਿਤੇ ਨਾ ਕਿਤੇ ਇਹ 'ਤੇ ਵੀ ਠਰ ਪੈ ਸਕਦੀ ਹੈ। ਪਰ ਰਾਣਾ ਜੀ ਤੋਂ ਜਾਣਨਾ ਚਾਹਾਂਗੇ, ਰਾਣਾ ਜੀ ਸਹਿਮਤ ਹੋ? ਬਿਲਕੁਲ, ਮੈਂ ਉਹੀ ਗੱਲ ਇੱਕ ਐਗਜ਼ਾਮਪਲ ਤੁਹਾਨੂੰ ਦਿੱਤੀ ਸੀ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਸਾਨੂੰ ਇੱਕ ਡਰ ਹੁੰਦਾ ਸੀ, ਜੇ ਅਸੀਂ ਹੋਮਵਰਕ ਨਹੀਂ ਕੀਤਾ ਤਾਂ ਸਾਨੂੰ ਟੀਚਰ ਵੱਲੋਂ ਪੁਨਿਸ਼ਮੈਂਟ ਦਿੱਤੀ ਜਾਊਗੀ। ਉਸ ਤੋਂ ਬਾਅਦ ਇੱਕ ਵੱਡੀ ਐਗਜ਼ਾਮਪਲ ਹੈ ਜਿਹੜੀ ਕਰੋਨਾ ਟਾਈਮ ਜਿਵੇਂ ਤੁਸੀਂ ਗੱਲ ਕੀਤੀ ਹੈ ਵਕੀਲ ਸਾਹਿਬ ਨੇ ਕੀਤੀ ਹੈ ਕਿ ਕਰੋਨਾ ਟਾਈਮ ਇੱਕ ਡਰ ਸੀ ਜੇਕਰ ਤੁਸੀਂ ਘਰ ਤੋਂ ਬਾਹਰ ਆਓਗੇ ਤਾਂ ਪੁਲਿਸ ਫੜ ਲਏਗੀ। ਅਜਿਹਾ ਡਰ ਜ਼ਰੂਰੀ ਹੈ ਜੇਕਰ ਅਸੀਂ ਕ੍ਰਾਈਮ ਘਟਾਉਣਾ ਹੈ, ਕ੍ਰਾਈਮ ਰੇਸ਼ੋ ਅਸੀਂ ਜੇ ਘਟਾਉਣੀ ਹੈ ਤਾਂ ਇਸ ਡਰ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਇੰਡੀਆ ਦੇ ਵਿੱਚ ਜੋ ਕ੍ਰਾਈਮ ਰੇਸ਼ੋ ਹੈ ਉਹ ਇੰਨੀ ਜ਼ਿਆਦਾ ਹੈ, ਜਿਹੜੇ ਕ੍ਰਾਈਮ ਰਜਿਸਟਰਡ ਹੈ ਉਹ ਤਾਂ ਹੈ, ਕੁਝ ਕ੍ਰਾਈਮ ਅਜਿਹੇ ਹੈ ਜਿਹੜੇ ਰਜਿਸਟਰਡ ਤੱਕ ਨਹੀਂ ਹੁੰਦੇ। ਅਤੇ ਕਿਉਂ? ਕਿਉਂਕਿ ਡਰ ਨਹੀਂ ਹੈ। ਚਲੋ ਅਸੀਂ ਇਹ ਪੰਜਾਬ ਹੈ, ਪੰਜਾਬ ਤੋਂ ਇਲਾਵਾ ਜੇ ਅਸੀਂ ਬਿਹਾਰ ਵਰਗੇ ਰਾਜ ਦੀ ਗੱਲ ਕਰ ਲਈਏ, ਤੇਲੰਗਾਨਾ ਦੇਖ ਲਓ ਕਿੰਨਾ ਕਿੰਨਾ ਕ੍ਰਾਈਮ ਹੈ। ਮਤਲਬ ਜੇਕਰ ਪ੍ਰਸ਼ਾਸਨ ਸਰਕਾਰਾਂ ਚਾਹਣ ਲੋਕਾਂ ਦੇ ਮਨ ਦੇ ਵਿੱਚ ਡਰ ਹੋਵੇ, ਅਦਾਲਤਾਂ ਵੱਲੋਂ ਅਜਿਹੇ ਇਤਿਹਾਸਿਕ ਫੈਸਲੇ ਆਉਣ ਤਾਂ ਬਿਲਕੁਲ ਮੈਂ ਸਹਿਮਤ ਹਾਂ ਇਸ ਗੱਲ ਨਾਲ ਕਿ ਜੋ ਸਾਡਾ ਦੇਸ਼ ਹੈ ਇਸ ਤਰ੍ਹਾਂ ਦੇ ਕ੍ਰਾਈਮ, ਚਾਹੇ ਚਿੱਟਾ ਹੋਵੇ, ਚਾਹੇ ਮਰਡਰ ਹੋਵੇ, ਚਾਹੇ ਰੇਪ ਹੋਵੇ, ਜਾਂ ਕੋਈ ਵੀ ਕ੍ਰਾਈਮ ਤਾਂ ਕ੍ਰਾਈਮ ਹੀ ਹੈ। ਹੁਣ ਤੁਸੀਂ ਦੇਖ ਲਓ ਕਿ ਥੋੜ੍ਹੇ ਦਿਨ ਪਹਿਲਾਂ ਨੰਗਲ ਦੇ ਵਿੱਚ ਵਿਕਾਸ ਬੱਗਾ ਦਾ ਸ਼ਰਿਆਮ ਕਤਲ ਕਰ ਦਿੱਤਾ ਜਾਂਦਾ ਸੀ, ਜਿਹੜੇ ਉਹ ਗੁਰਗੇ ਸੀਗੇ, ਕੌਣ ਸੀਗੇ ਉਹ? ਬੰਦ ਹੋ ਗਿਆ ਸੀ ਨਾ, ਮੈਮਰੀ ਫੁੱਲ ਹੋ ਗਈ ਹੈ, ਮੈਮਰੀ ਫੁੱਲ ਹੋ ਗਈ। ਚਲੋ ਕੋਈ ਨਹੀਂ, ਆਪਾਂ ਉੱਧਰ ਕਰਦੇ ਗੱਲ। ਅਤੇ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਪਬਲਿਕ ਦੇ ਵਿੱਚ ਰੋਸ਼ ਹੁੰਦਾ, ਤਾਂ ਪਬਲਿਕ ਦਾ ਡਰ ਪ੍ਰਸ਼ਾਸਨ ਨੂੰ ਪੈ ਜਾਂਦਾ ਹੈ। ਜੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਤਾਂ ਦੱਸਣਾ ਕਿ ਪਬਲਿਕ ਦਾ ਡਰ ਜਦੋਂ ਪ੍ਰਸ਼ਾਸਨ ਨੂੰ ਪੈਂਦਾ ਹੈ ਕਿ ਜੇਕਰ ਉਹਨਾਂ ਨੇ ਕਾਰਵਾਈ ਨਾ ਕੀਤੀ ਤਾਂ ਹਾਲਾਤ ਖਰਾਬ ਹੋ ਸਕਦੇ ਨੇ, ਉਸ ਡਰ ਦੇ ਚੱਲਦੇ ਹੋਏ ਪ੍ਰਸ਼ਾਸਨ ਨੇ 72 ਘੰਟੇ ਦੇ ਵਿੱਚ ਉਹਨਾਂ ਨੂੰ, ਮੁਜਰਮਾਂ ਨੂੰ ਪਕੜ ਕੇ ਪ੍ਰੈਸ ਕਾਨਫਰੰਸ ਤੱਕ ਕਰ ਦਿੱਤੀ ਹੈ ਕਿ ਅਸੀਂ ਉਹਨਾਂ ਨੂੰ ਪਕੜ ਲਿਆ ਗਿਆ ਹੈ। ਮੈਂ ਠੀਕ ਉਸ ਡਰ ਦੀ ਗੱਲ ਕਰ ਰਿਹਾ, ਜੇ ਅਜਿਹਾ ਡਰ ਹੋਵੇ ਤਾਂ ਕ੍ਰਾਈਮ ਨਹੀਂ ਹੋਏਗਾ। ਅਜਿਹਾ ਡਰ ਕੌਣ ਲੈ ਕੇ ਆਏਗਾ? ਪ੍ਰਸ਼ਾਸਨ। ਜੇਕਰ ਪ੍ਰਸ਼ਾਸਨ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰੇ, ਕਿਸੇ ਰਾਜਨੀਤਿਕ ਦਬਾਅ ਤੋਂ ਹਟ ਕੇ ਅਜਿਹੇ ਕੰਮ ਕੀਤੇ ਜਾਣ ਤਾਂ ਮੈਂ ਮੰਨ ਸਕਦਾ ਹਾਂ ਕਿ ਸਾਡਾ ਦੇਸ਼ ਕ੍ਰਾਈਮ ਮੁਕਤ ਹੋ ਸਕਦਾ ਹੈ। ਸਾਡੇ ਨਾਲ ਇੱਕ ਮੁੰਡਾ, ਕਿਹੜੇ ਕੰਟਰੀਆਂ ਹੈ? ਅਰਬ ਕੰਟਰੀਆਂ। ਭਗਵਾਨ ਜੀ, ਸਾਡੇ ਨਾਲ ਅਰਬ ਕੰਟਰੀਆਂ ਲੱਗਦੀਆਂ ਨੇ, ਤੁਸੀਂ ਦੇਖੋ ਉੱਥੇ ਕਾਨੂੰਨ ਕਿੰਨੇ ਸਖਤ ਹੈ। ਠੀਕ ਹੈ, ਜਿਹੜੇ ਉਹਨਾਂ ਕੰਟਰੀਆਂ ਦੇ ਵਿੱਚ ਰਹਿੰਦੇ ਹੋ ਉਹਨਾਂ ਨੂੰ ਪੁੱਛੋ ਕਾਨੂੰਨ ਕਿੰਨੇ ਸਖਤ ਹੈ, ਉਹ ਵੀ ਛੱਡੋ। ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਤੁਸੀਂ ਚੰਡੀਗੜ੍ਹ ਚਲੇ ਜਾਓ, ਉੱਥੇ ਟ੍ਰੈਫਿਕ ਦੇ ਕਾਨੂੰਨ ਕਿੰਨੇ ਸਖਤ ਹੈ। ਬਿਲਕੁਲ, ਤੁਸੀਂ ਬੈਲਟ ਜੇਕਰ ਤੁਸੀਂ ਚੰਡੀਗੜ੍ਹ ਐਂਟਰ ਕਰਦੇ ਹੋ ਤਾਂ ਆਪਣੇ ਆਪ ਬੈਲਟ ਲਾਉਣੀ ਪੈਂਦੀ ਹੈ ਸਾਨੂੰ। ਕਾਨੂੰਨ ਕਾਨੂੰਨ ਡਰ ਡਰ ਸਰ, ਜੇਕਰ ਤੁਸੀਂ ਓਵਰ ਸਪੀਡ ਕਰੋਗੇ, ਸਪੀਡ ਲਿਮਿਟ ਤੋਂ ਜ਼ਿਆਦਾ ਜਾਓਗੇ, ਕਾਨੂੰਨ ਦਾ ਡਰ ਡਰ। ਜੇਕਰ ਤੁਸੀਂ ਐਕਸੀਡੈਂਟ ਉੱਥੇ ਕਰੋਗੇ ਅਤੇ ਭੱਜਦੇ ਹੋ ਤਾਂ ਵੀ ਪਕੜੇ ਜਾਓਗੇ। ਇਸ ਕਰਕੇ ਚੰਡੀਗੜ੍ਹ ਦੇ ਵਿੱਚ
ਕ੍ਰਾਈਮ ਰੇਟ ਹੈ ਉਹ ਬਹੁਤ ਘੱਟ ਹੈ, ਕਾਰਨ ਡਰ। ਇਸ ਕਰਕੇ ਮੈਂ ਮੰਨਦਾ ਹੈ ਕਿ ਜੇਕਰ ਅਜਿਹਾ ਡਰ ਹੋਵੇ ਤਾਂ ਅਜਿਹੇ ਕ੍ਰਾਈਮ ਨਹੀਂ ਹੋ ਸਕਦੇ। ਤਾਂ ਫਿਰ ਚੰਡੀਗੜ੍ਹ ਤੋਂ ਸਿੱਖ ਲੈਣਾ ਚਾਹੀਦਾ ਕਿ ਚੰਡੀਗੜ੍ਹ ਦੇ ਵਿੱਚ ਆਖਿਰ ਕ੍ਰਾਈਮ ਰੇਟ ਘੱਟ ਕਿਉਂ ਆ? ਕਿਉਂਕਿ ਜੀ ਮੋਸਟਲੀ ਜਿਹੜੀ ਪਨਿਸ਼ਮੈਂਟ ਦਿੱਤੀ ਜਾਂਦੀ ਜੀ, ਇੱਕ ਤਾਂ ਉਹਦੇ ਜੁਰਮ ਕਰਕੇ ਦਿੱਤੀ ਜਾਂਦੀ, ਇੱਕ ਦੂਜੇ ਬੰਦੇ ਨੂੰ ਇੱਕ ਸਿੱਖਿਆ ਹੁੰਦੀ ਯਾਰ ਉਹਨੇ ਇਹ ਕੀਤਾ ਉਹਨੂੰ ਇਹ ਸਜ਼ਾ ਮਿਲੀ, ਜੇਕਰ ਮੈਂ ਕਰੂੰਗਾ ਤਾਂ ਮੈਨੂੰ ਵੀ ਇਹ ਸਜ਼ਾ ਮਿਲਣੀ। ਕਿਤੇ ਨਾ ਕਿਤੇ ਜਿਹੜੀ ਪਨਿਸ਼ਮੈਂਟ ਹੈ ਇਹ ਦੂਜੇ ਨੂੰ ਸਬਕ ਸਿਖਾਉਣ ਵਾਸਤੇ ਸਜ਼ਾ ਕੀਤੀ ਜਾਂਦੀ। ਸੈਣੀ ਸਾਹਿਬ, ਇਹ ਆਪਾਂ ਸੁਣਦੇ ਹੁੰਦੇ ਸੀ ਬਚਪਨ ਦੇ ਵਿੱਚ ਵੀ, ਆਪਾਂ ਇਹ ਗੱਲਾਂ ਸੁਣਦੇ ਹੁੰਦੇ ਸੀ ਕਿ ਜੇ ਕਿਸੇ ਨੂੰ ਡਰਾਉਣਾ ਹੈ ਤਾਂ ਉਹਨੂੰ ਨਾ ਕੁੱਟੋ, ਉਹਦੇ ਗੁਆਂਢੀ ਨੂੰ ਅਜਿਹਾ ਕੁੱਟੋ ਜਾਂ ਡਰਾਓ ਕਿ ਦੂਜੇ ਜਿਹੜੇ ਨਾਲ ਦੇ ਗੁਆਂਢੀ ਹੁੰਦੇ ਉਹ ਆਪੇ ਡਰ ਜਾਂਦੇ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਅਗਰ ਕੁੱਟ ਮਾਰਨ ਚੱਲ ਜਾਓ। ਮੈਂ ਉਦਾਹਰਣ ਦਿੱਤੀ, ਉਦਾਹਰਣ ਇਹ ਆ ਵੀ ਜਿਸ ਤਰ੍ਹਾਂ ਅੱਜ ਰੋਜ਼ ਦੇ ਮਾਮਲੇ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਗਿਆ, ਜਿਸ ਤਰ੍ਹਾਂ ਕਸਾਬ ਦੇ ਮਾਮਲੇ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਸੀ, ਜਿਸ ਤਰ੍ਹਾਂ ਆ ਜਿਹੜਾ ਨਿਰਭੈ ਹੱਤਿਆਕਾਂਡ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਸੀ, ਉਹ ਇਤਿਹਾਸਿਕ ਫੈਸਲੇ ਕਿਤੇ ਨਾ ਕਿਤੇ ਪੰਜਾਬ ਨੂੰ ਕ੍ਰਾਈਮ ਮੁਕਤ ਜਾਂ ਆਪਣੇ ਦੇਸ਼ ਨੂੰ ਕ੍ਰਾਈਮ ਮੁਕਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਾਂ। ਅਤੇ ਆਪਾਂ ਫਿਰ ਆਪਾਂ ਤੁਹਾਡੇ ਤੋਂ ਦੋਨਾਂ ਤੋਂ ਇੱਕ ਸਾਂਝਾ ਸਵਾਲ ਹੈ, ਤੁਹਾਨੂੰ ਜਵਾਬ ਦੋਨੋਂ ਦੇ ਦਿਓ ਕਿ ਜੇਕਰ ਛਪਾਰਛਾਂ ਨਾ ਹੋਣ, ਜੇਕਰ ਇਹਨਾਂ ਦੇ ਮਗਰ ਜਿਹੜੇ ਕ੍ਰਾਈਮ ਕਰਦੇ ਨੇ ਇਹਨਾਂ ਮਗਰ ਲੀਡਰ ਨਾ ਖੜਨ, ਇਹਨਾਂ ਬਾਰੇ ਕਿਹਦੀ ਸਿਫਾਰਸ਼ ਨਾ ਹੋਵੇ, ਪਿੰਡ ਦੇ ਪੈਂਚ ਤੋਂ ਲੈ ਕੇ ਸਰਪੰਚ ਤੋਂ ਲੈ ਕੇ MLA MP ਜਾਂ ਉਹਨਾਂ ਦੇ ਮਗਰ ਨਾ ਆਉਣ, ਕੀ ਕ੍ਰਾਈਮ ਰੇਟ ਘੱਟ ਸਕਦਾ? ਬਿਲਕੁਲ, ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਕਿ ਜੇਕਰ ਕ੍ਰਾਈਮ ਦੀ ਗੱਲ ਕਰੀਏ, ਕ੍ਰਾਈਮ ਕਰਨੇ ਦੀ ਕ੍ਰਾਈਮ ਕਰਨ ਵਾਲੇ ਦੀ ਸਪੋਰਟ ਨਾ ਕੀਤੀ ਜਾਵੇ, ਉਸ ਨੂੰ ਪਤਾ ਹੈ ਕਿ ਜੇ ਮੈਂ ਕ੍ਰਾਈਮ ਕਰਾਂਗਾ ਮੇਰੇ ਪਿੱਛੇ ਕੋਈ ਨਹੀਂ ਆਏਗਾ ਮੈਨੂੰ ਛਡਾਉਣ ਵਾਸਤੇ, ਜੇਕਰ ਮੈਂ ਗਲਤ ਕੰਮ ਕਰਾਂਗਾ ਤਾਂ ਮੈਨੂੰ ਸਜ਼ਾ ਮਿਲੇਗੀ, ਅਜਿਹੇ ਡਰ ਹੋਣਗੇ, ਕੋਈ ਸਿਫਾਰਸ਼ ਨਹੀਂ ਹੋਊਗੀ, ਤਾਂ ਵੀ ਇੱਕ ਵੱਡਾ ਫੈਕਟਰ ਮੈਂ ਮੰਨ ਸਕਦਾ ਹਾਂ ਕਿ ਕ੍ਰਾਈਮ ਨੂੰ ਘਟਾਇਆ ਜਾ ਸਕਦਾ ਹੈ ਜੀ। ਸਭ ਤੋਂ ਦੇਖੋ, ਜੇਕਰ ਅਸੀਂ ਥਾਣਿਆਂ ਨੂੰ ਪੋਲੀਟਿਕਸ ਫਰੀ ਕਰ ਦਈਏ, ਓਬੀਅਸ ਹੈ ਕਿ ਕਿਉਂਕਿ ਪੁਲਿਸ ਵਾਲਿਆਂ ਦੇ ਆਪਣੇ ਵੀ ਬੱਚੇ ਹੈ, ਉਹਨਾਂ ਨੂੰ ਵੀ ਡਰ ਹੁੰਦਾ ਕਿ ਬਾਈ ਚਾਂਸ ਉਹ ਇਨ ਫਿਊਚਰ ਉਹ ਲੱਗ ਗਏ ਨਸ਼ੇ ਨੂੰ ਅਤੇ ਜਾਂ ਕਿਸੇ ਕ੍ਰਾਈਮ 'ਚ ਪੈ ਗਏ, ਕਿਤੇ ਨਾ ਕਿਤੇ ਉਹ ਵੀ ਇਸ ਡਰ ਦੇ ਵਿੱਚ। ਜੇਕਰ ਪੋਲੀਟਿਕਸ ਫਰੀ ਹੋ ਜਾਵੇ ਥਾਣੇ, ਓਬੀਅਸ ਹੈ ਜਿਹੜਾ ਕ੍ਰਾਈਮ ਹੈ ਉਹ ਇੱਕ ਘਟਣ ਦੀ ਜਿਹੜੀ ਤਾਦਾਦ ਦੇ ਵਿੱਚ ਹੈ ਉਹ ਆ ਜਾਵੇਗਾ। ਅਦਾਲਤ ਦੇ ਵਿੱਚ ਤੁਸੀਂ ਹੁੰਦੇ ਹੋ, ਕੇਸ ਤੁਸੀਂ ਲੜਦੇ ਹੋ, ਕਦੇ ਦੇਖਿਆ ਜਿਹੜੇ ਮੁਜਰਮ ਵੱਡੇ ਹੁੰਦੇ ਨੇ ਉਹਨਾਂ ਦੇ ਪਿੱਛੇ ਕਿੰਨੇ ਕੁ ਜਿਹੜੀਆਂ ਸਿਫਾਰਸ਼ਾਂ ਆਉਂਦੀਆਂ ਨੇ? ਸੱਚੀ ਆਪਣੀ ਮਾਨ ਦੇ ਨਾਲ ਦੱਸਿਓ ਕਿੰਨੇ ਕੁ ਅਜਿਹੇ ਕ੍ਰਿਮੀਨਲ ਹੁੰਦੇ ਜਿਹਨੂੰ ਸਿਫਾਰਸ਼ਾਂ ਦੇ ਤੌਰ 'ਤੇ ਬਚਾ ਲਿਆ ਜਾਂਦਾ ਹੈ? ਮੋਸਟਲੀ ਦੇਖੋ, ਮੈਂ ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਕੇਸ ਦੇਖਿਆ ਸੀਗਾ, ਮੈਂ ਥਾਣੇ ਦਾ ਨਾਂ ਨਹੀਂ ਦੱਸਣਾ, ਜਿੱਥੇ ਤੱਕ ਮੈਨੂੰ ਪਤਾ ਲੱਗਿਆ ਸੀਗਾ ਕਿ ਦੋਸ਼ੀਆਂ ਕੋਲੋਂ 1 ਕਿਲੋ ਦੇ ਆਸ ਪਾਸ ਚਿੱਟਾ ਫੜ ਹੋਇਆ ਸੀਗਾ, ਪਰ ਪਾਇਆ ਕਿੰਨਾ? 200-250 ਗ੍ਰਾਮ ਦੇ ਆਸ ਪਾਸ। ਚਲੋ ਇਹ ਮੇਰਾ ਇੱਕ ਮਿੱਥ ਵੀ ਹੋ ਸਕਦਾ, ਜਾਂ ਜਿਹਨੇ ਮੈਨੂੰ ਦੱਸਿਆ ਇੱਕ ਉਹਨੇ ਵੀ ਝੂਠ ਬੋਲਿਆ ਹੋ ਸਕਦਾ ਕਿ ਹਾਂ ਇਹ ਹੈ ਕਿ ਜਿਹੜੀ ਸਿਫਾਰਸ਼ ਹੈ ਉਹ ਰਾਜਨੀਤਿਕ ਲੋਕਾਂ ਦੀ ਬਹੁਤ ਜ਼ਿਆਦਾ ਹੈ, ਜਿਸ ਕਰਕੇ ਇਹ ਉਹਨਾਂ ਜਿਹੜੇ ਜਿੰਨੇ ਦੋਸ਼ੀ ਆ ਉਹਨਾਂ ਨੂੰ ਇੱਕ ਸੰਰਕਸ਼ਣ ਮਿਲ ਜਾਂਦਾ ਕਿ ਮੇਰੇ ਪਿੱਛੇ ਬਈ ਫਲਾਣਾ ਪਾਰਟੀ ਦਾ ਬੰਦਾ, ਮੇਰੇ ਪਿੱਛੇ ਫਲਾਣੀ ਪਾਰਟੀ ਦਾ ਬੰਦਾ ਹੈ, ਤਾਂ ਉਹ ਜਿਹੜਾ ਉਹਦਾ ਦਿਲ ਹੈ ਉਹ ਖੁੱਲ੍ਹ ਜਾਂਦਾ ਕ੍ਰਾਈਮ ਕਰਨ ਵਾਸਤੇ। ਅਤੇ ਰਾਣਾ ਜੀ, ਜੇਕਰ ਆਪਾਂ ਸਿਫਾਰਸ਼ ਦੀ ਗੱਲ ਕਰ ਲਈਏ, ਸਾਡਾ ਕੋਈ ਰਿਸ਼ਤੇਦਾਰ ਹੋਵੇ, ਮੈਂ ਤੁਹਾਡਾ ਮੇਰਾ ਕੋਈ ਇਹਦਾ ਇਹਨਾਂ ਦਾ ਰਿਸ਼ਤੇਦਾਰ ਆ, ਜੇ ਉਹ ਗਲਤ ਕੰਮ ਕਰਦਾ ਆਪਾਂ ਉਹਦੀ ਸਿਫਾਰਸ਼ ਕਰਨੀ ਵਾਜਬ ਹੈ ਜਾਂ ਨਹੀਂ ਵਾਜਬ? ਕਿਉਂਕਿ ਜੇਕਰ ਉਹਨੇ ਜੁਰਮ ਕੀਤਾ ਹੈ ਤਾਂ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ, ਨਹੀਂ ਮਿਲਣੀ ਚਾਹੀਦੀ? ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਸਿਫਾਰਸ਼ ਵਾਜਬ ਹੈ ਜਾਂ ਨਹੀਂ? ਦੇਖੋ, ਜੇਕਰ ਤੁਸੀਂ ਉਸਦੀ ਸਿਫਾਰਸ਼ ਕਰ ਦਿੰਦੇ ਹੋ ਤਾਂ ਉਸਨੂੰ ਪਤਾ ਹੈ ਕਿ ਮੈਂ ਕ੍ਰਾਈਮ ਕੀਤਾ ਹੈ, ਮੇਰੀ ਸਿਫਾਰਸ਼ ਆ ਗਈ, ਮੇਰਾ ਕੁਛ ਨਹੀਂ ਹੋਇਆ, ਮੇਰਾ ਕਿਸੇ ਨੇ ਕੁਛ ਨਹੀਂ ਵਿਗਾੜਿਆ। ਪਰ ਜਦੋਂ ਸਿਫਾਰਸ਼ ਨਹੀਂ ਹੋਊਗੀ
ਉਸਨੂੰ ਸਜ਼ਾ ਮਿਲੇਗੀ, ਪੁਨਿਸ਼ਮੈਂਟ ਮਿਲੇਗੀ, ਤਾਂ ਇਹ ਸ਼ੋਰ ਹੈ ਕਿ ਉਹ ਉਸ ਰਸਤੇ 'ਤੇ ਟਰੈਕ 'ਤੇ ਨਹੀਂ ਜਾਏਗਾ ਅਤੇ ਸੁਧਰ ਜਾਏਗਾ। ਪਰ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਕਿ ਸਾਡੇ ਜੋ ਹਿੰਦੁਸਤਾਨ ਹੈ, ਅਸੀਂ ਕਹਿੰਦੇ ਹਾਂ ਨਹੀਂ ਬੰਦੇ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਦਾ ਨਾਮ ਕੀ ਰੱਖਿਆ ਹੋਇਆ ਹੈ? ਸੁਧਾਰ ਘਰ। ਜ਼ਿਆਦਾਤਰ ਜਿਹੜੇ ਕ੍ਰਾਈਮ ਕਰਨ ਵਾਲੇ ਆ ਉਹ ਸੁਧਾਰ ਘਰ ਜਾਂਦੇ ਨੇ, ਪਿਕਨਿਕ ਦੀ ਤਰ੍ਹਾਂ ਉੱਥੇ ਜਾਂਦੇ ਨੇ ਆਪਣੇ। ਇਹ ਕੋਈ ਡਾ ਉੱਥੇ ਹੁੰਦਾ ਨਹੀਂ ਹੈ, ਕਿਉਂਕਿ ਅਸੀਂ ਖਬਰਾਂ ਨਸ਼ਰ ਕਰਦੇ ਰਹਿੰਦੇ, ਤੁਹਾਨੂੰ ਵੀ ਪਤਾ ਹੈ ਅਤੇ ਨਸ਼ਾ ਜੇਲ੍ਹਾਂ 'ਚ ਕਿੰਨਾ ਮਿਲਦਾ ਹੈ। ਮੋਬਾਈਲ ਫੋਨ ਸਭ ਕੁਛ ਉਹਨਾਂ ਕੋਲ ਅਵੇਲੇਬਲ ਹੁੰਦਾ ਹੈ। ਪਰ ਜੇ ਮੈਂ ਗੱਲ ਕਰਾਂ, ਜਿਹੜੀ ਸਜ਼ਾ ਕਾਨੂੰਨ ਨੇ ਉਹਨਾਂ ਨੂੰ ਦਿੱਤੀ ਹੈ ਕਿ ਇਸ ਨੂੰ 28 ਦਿਨ ਦੀ ਸਜ਼ਾ ਜਾਂ 2 ਹਫ਼ਤੇ ਦੀ ਸਜ਼ਾ ਜਾਂ 6 ਮਹੀਨੇ ਦੀ ਸਜ਼ਾ ਇਹਨੂੰ ਦਿੱਤੀ ਜਾਵੇ, ਇਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ। ਕੀ 6 ਮਹੀਨੇ ਦੀ ਸਜ਼ਾ ਦਾ ਕੀ ਮਤਲਬ ਹੈ ਕਿ ਇਸ ਨੂੰ ਸੁਧਾਰ ਘਰ ਭੇਜ ਦਿਉ? ਤਾਂ ਕੀ ਉੱਥੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਪ੍ਰੋਪਰ? ਸਜ਼ਾ ਹੁੰਦੀ ਹੈ। ਮੈਂ ਉਸੇ ਗੱਲ 'ਤੇ ਆਉਣ ਲੱਗਾ ਹੈ, ਆਰਮੀ ਦੀ ਗੱਲ ਕਰਦਾ ਮੈਂ। ਆਰਮੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਾਨੂੰਨ ਹੁੰਦਾ ਹੈ ਕਿ ਜੇਕਰ ਕੋਈ ਆਰਮੀ ਦਾ ਵਿਅਕਤੀ ਗਲਤੀ ਕਰਦਾ ਹੈ ਤਾਂ ਉਸਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ ਕਿ 28 ਦਿਨ ਦੀ ਇਸਨੂੰ ਹਵਾਲਾਤ ਜੇਲ੍ਹ ਦੇ ਦਿਓ। ਮੈਂ ਨੋਰਮਲ ਪੰਜਾਬੀ ਭਾਸ਼ਾ 'ਚ ਗੱਲ ਕਰਦਾ। ਜਦੋਂ ਉਹ ਜਾਂਦਾ ਹੈ ਤਾਂ ਉਸਨੂੰ ਇਹ ਨਹੀਂ ਹੈ ਕਿ 28 ਦਿਨ ਗਿਆ ਉੱਥੇ ਬੈਠ ਕੇ ਆਪਣਾ ਤੁਸੀਂ ਖੇਡੋ, ਤੁਸੀਂ ਆਪਣਾ ਰੋਟੀ ਪਾਣੀ ਖਾਓ, ਪੀਓ, ਬੈਠੋ, ਸੋ ਜਾਓ, ਇੱਦਾਂ ਦਾ ਨਹੀਂ ਹੁੰਦਾ। ਸਜ਼ਾ ਦਾ ਮਤਲਬ ਉਸਨੂੰ ਪ੍ਰੋਪਰ 19 ਦਿਨ ਪਿੱਠੂ ਲੱਗਦਾ ਹੈ, ਸਜ਼ਾ ਮਿਲਦੀ ਹੈ, ਪ੍ਰੋਪਰ ਪੁਨਿਸ਼ਮੈਂਟ ਮਿਲਦਾ ਹੈ, ਰਗੜਾ ਪੱਟੀ ਜਿਹਨੂੰ ਕਹਿੰਦੇ ਨੇ ਪ੍ਰੋਪਰ ਹੁੰਦੀ ਹੈ। ਅਜਿਹੀ ਸਜ਼ਾ ਇਸ ਤਰ੍ਹਾਂ ਦੀ ਜੇ ਸਜ਼ਾ ਹੈ ਤਾਂ ਇਸ ਤਰ੍ਹਾਂ ਦੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ, ਨਾ ਕਿ ਸੁਧਾਰ ਘਰ ਹੈ ਜੀ ਇਹਨੂੰ ਸੁਧਾਰਨ ਵਾਸਤੇ ਭੇਜ ਦਿੱਤਾ। ਜੇਕਰ ਕੋਈ ਡਾ ਸਮਝਦਾਰ ਹੋਵੇ ਤਾਂ ਸੁਧਾਰ ਘਰ ਜਾਵੇ ਹੀ ਨਾ, ਜੇਲ੍ਹ ਜਾਵੇ ਹੀ ਨਾ ਜੇ ਇੰਨੀ ਸਮਝ ਹੋਵੇ। ਜਿਹੜੇ ਕ੍ਰਾਈਮ ਵਾਲੇ ਆ, ਮੇਰੀ ਗੱਲ ਹਜੇ ਪੂਰੀ ਨਹੀਂ ਹੋਈ, ਇਹ ਜਾਂਦੇ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਹੈ, ਬਾਹਰ ਰਹਿਣ ਦੀ ਬਜਾਏ ਜੇਲ੍ਹ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ। ਇਹ ਸਭ ਕੁਛ ਉੱਥੋਂ ਪਲੈਨ ਕਰਦੇ ਨੇ, ਸਭ ਕੁਛ ਕਰਦੇ ਨੇ, ਤਾਂ ਹੀ ਐਡੇ ਵੱਡੇ ਕ੍ਰਾਈਮ ਹੁੰਦੇ ਨੇ। ਨੰਗਲ ਦੇ ਵਿੱਚ ਜਿਹੜਾ ਕਤਲ ਹੋਇਆ, ਕਿੱਥੋਂ ਆਏ ਆ ਬੰਦੇ? ਉਹ ਕ੍ਰਿਮੀਨਲ ਨੇ, ਜੇਲ੍ਹਾਂ ਦੇ ਵਿੱਚ ਰਹਿੰਦੇ ਨੇ। ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਹੁੰਦਾ ਹੈ, ਉਹਦੇ 'ਤੇ ਜ਼ਿੰਮੇਵਾਰੀ ਕੌਣ ਲੈ ਰਿਹਾ? ਕੌਣ ਲੈ ਰਿਹਾ? ਕਿੱਥੇ ਬੈਠਿਆ ਉਹ ਬੰਦਾ? ਜੇਲ੍ਹ 'ਚ ਸਭ ਕੁਛ ਹੁੰਦਾ ਹੈ। ਅਤੇ ਜੇਕਰ ਜੇਲ੍ਹਾਂ ਨੂੰ ਜੇਲ੍ਹਾਂ ਦੀ ਤਰ੍ਹਾਂ ਬਣਾ ਦਿਓ, ਜੇਲ੍ਹਾਂ ਦੇ ਵਿੱਚ ਪ੍ਰੋਪਰ ਸਜ਼ਾਵਾਂ ਮਿਲੇ, ਪ੍ਰੋਪਰ ਆਰਮੀ ਦੀ ਤਰ੍ਹਾਂ ਰਗੜਾ ਪੱਟੀ ਪ੍ਰੋਪਰ ਮਿਲੇ, ਪਿੱਠੂ ਲੱਗਣ, ਤਾਂ ਅਜਿਹੇ ਜਿਹੜੇ ਕ੍ਰਿਮੀਨਲ ਹੈ ਬਿਲਕੁਲ ਸੁਧਰਨਗੇ। ਅਜੇ ਐਵੇਂ ਨਹੀਂ ਹੋਏਗਾ ਕਿ ਇਹਨਾਂ ਨੂੰ ਭੇਜ ਦਿਓ ਸੁਧਰ ਜਾਣਗੇ, ਅਜਿਹਾ ਨਹੀਂ ਹੋਏਗਾ। ਆਪਾਂ ਦਰਸ਼ਕਾਂ ਨੂੰ ਜਾਂ ਜਿਹੜੇ ਸਾਡੇ ਸਰੋਤੇ ਸਾਨੂੰ ਦੇਖਦੇ, ਆਪਾਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਆਪਾਂ ਕਿਸੇ ਕਾਨੂੰਨ ਪ੍ਰਕਿਰਿਆ ਦੇ ਉੱਤੇ ਉਂਗਲ ਨਹੀਂ ਚੱਕ ਰਹੇ, ਆਪਾਂ ਕਿਸੇ ਕਾਨੂੰਨ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰ ਰਹੇ। ਅਸੀਂ ਗੱਲ ਸਿਰਫ ਇਹ ਕਰ ਰਹੇ ਹਾਂ ਕਿ ਜੇਕਰ ਕਾਨੂੰਨ ਦੇ ਮੁਤਾਬਕ ਜਿਸਨੇ ਜੁਰਮ ਕੀਤਾ ਕਿ ਉਹਨੂੰ ਸਜ਼ਾ ਮਿਲਦੀ ਆ, ਅਤੇ ਆਪਾਂ ਗੱਲ ਕਰਦੇ ਹਾਂ ਸਾਫ਼ ਤੌਰ 'ਤੇ ਕਿ ਜਿਹੜੇ ਲੋਕ ਸਿਫਾਰਿਸ਼ਾਂ ਕਰਦੇ ਨੇ ਮੁਜਰਮਾਂ ਦੀਆਂ, ਇੱਥੇ ਇਸ ਗੱਲ ਦਾ ਮਤਲਬ ਬਿਲਕੁਲ ਇਹ ਨਾ ਕੱਢ ਲਿਓ ਕਿ ਆਪਾਂ ਅਦਾਲਤਾਂ ਦੇ ਉੱਤੇ ਜਾਂ ਕਾਨੂੰਨ ਦੇ ਉੱਤੇ ਉਂਗਲ ਚੱਕ ਰਹੇ ਹਾਂ। ਆਪਾਂ ਬਿਲਕੁਲ ਇਹ ਨਹੀਂ ਕਰ ਰਹੇ, ਕਿਉਂਕਿ ਸਾਡੇ ਨਾਲ ਵਕੀਲ ਸਾਹਿਬ ਬੈਠੇ ਹੋਏ ਨੇ, ਬੜੇ ਸੁਲਝੇ ਹੋਏ ਇਨਸਾਨ ਨੇ, ਸਾਡੇ ਨਾਲ MD ਸਾਹਿਬ ਬੈਠੇ ਹੋਏ ਨੇ, ਚੈਨਲ ਚਲਾ ਰਹੇ ਨੇ। ਬਿਲਕੁਲ ਸਾਡੀ ਡਿਬੇਟ ਕਰਨ ਦਾ ਮਤਲਬ ਇਹ ਆ ਕਿ ਜੇਕਰ ਦੇਰ ਹੈ ਦਰੁਸਤ ਹੈ, ਜਿਸ ਤਰ੍ਹਾਂ ਹੁਣ ਫੈਸਲਾ ਆਇਆ ਦਿਲਰੋਜ਼ ਮਾਮਲੇ ਦਾ, ਦਿਲਰੋਜ਼ ਕਤਲ ਕਾਂਡ ਦਾ ਜਿਸ ਤਰ੍ਹਾਂ ਫੈਸਲਾ ਆਇਆ, ਮੈਂ ਨਹੀਂ ਕਹਿੰਦਾ ਵੀ ਕੋਈ ਅਜਿਹਾ ਵਿਅਕਤੀ ਹੋਊਗਾ ਸਿਰਫ ਇੱਕਾ ਦੁੱਕਾ ਛੱਡ ਕੇ ਜਿਹੜਾ ਖੁਸ਼ ਨਹੀਂ ਹੋਇਆ ਹੋਊਗਾ, ਹਰ ਇੱਕ ਬੰਦਾ ਖੁਸ਼ ਹੋਏਗਾ ਕਿਉਂਕਿ ਸਜ਼ਾ ਮਿਲ ਰਹੀ ਆ, ਫਾਂਸੀ ਦੀ ਸਜ਼ਾ ਹੋਈ ਹੈ, ਇੱਕ ਇਤਿਹਾਸਿਕ ਫੈਸਲਾ ਹੋਇਆ ਹੈ। ਇਹ ਦਿਲ ਨੂੰ ਤਸੱਲੀ ਕਿੰਨੀ ਕੁ ਮਿਲਦੀ ਆ ਜਦੋਂ ਅਜਿਹੇ ਫੈਸਲੇ ਹੁੰਦੇ ਆ? ਸਭ ਤੋਂ ਪਹਿਲਾਂ ਤਾਂ ਦੇਖੋ, ਜਦੋਂ ਨਿਰਭਯਾ ਕੇਸ ਹੋਇਆ ਸੀਗਾ, ਹਾਂ, ਤੁਹਾਨੂੰ 2012 ਦੇ ਵਿੱਚ ਹੋਇਆ ਸੀ, ਪਰ ਦੋਸ਼ੀਆਂ ਨੂੰ ਸਜ਼ਾ 2020 'ਚ ਮਿਲੀ ਸੀ। ਕਿਤੇ ਨਾ 8 ਸਾਲ ਲੱਗ ਗਏ ਸੀ, ਔਰ ਉਸ ਕਾਂਡ ਨੇ
ਪੂਰੀ ਦੁਨੀਆ ਹਿਲਾ ਕੇ ਰੱਖਤੀ ਸੀ। ਉਹ ਲੋਕਾਂ 'ਚ ਰੋਸ ਵੀ ਸੀਗਾ ਕਿ 8 ਸਾਲ ਇਨਸਾਫ ਦੇਣ ਵਾਸਤੇ, ਕਿਉਂਕਿ ਚਲੋ ਉਸ ਟਾਈਮ ਜਿਹੜੀ ਸਾਡੀ ਨਿਆਏ ਪ੍ਰਣਾਲੀ ਹੈ ਉਹਨੂੰ ਲੇਟ ਆਏ ਦਰੁਸਤ ਆਏ ਹੈ, ਇੱਕ ਥਿਉਰੀ ਹੈ ਇਹ। ਉਸ ਟਾਈਮ ਜਿਹੜਾ ਉਹਨੀ ਸੋਚਿਆ ਸੀਗਾ, ਉਸ ਤੋਂ ਬਾਅਦ ਜਿਹੜੀ ਫਾਸਟ ਟਰੈਕ ਕੋਰਟ ਆ ਉਹ ਓਪਨ ਹੋਈਆਂ। ਤੁਸੀਂ ਇਹ ਦੇਖ ਲਓ ਜਿਹੜਾ ਇਹ ਕੇਸ ਸੀਗਾ 2.5 ਸਾਲ ਦਿਲਰੋਜ਼ 2.5 ਸਾਲ ਵਾਲਾ, ਔਰ ਕਿਤੇ ਨਾ ਕਿਤੇ ਸੈਟਿਸਫੈਕਸ਼ਨ ਹੁੰਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਕੇਸ ਬਹੁਤ ਹੈ ਪੈਂਡਿੰਗ, ਅਫਸਰ ਘੱਟ ਹੈ, ਕੋਰਟਸ ਦੀ ਜਿਹੜੀ ਜਿੰਨਾ ਸਟਾਫ ਹੈ ਉਹ ਬਹੁਤ ਜ਼ਿਆਦਾ ਘੱਟ ਹੈ, ਪਰ ਆਉਣ ਵਾਲੇ ਟਾਈਮ 'ਚ ਇਹ ਹੈ ਕਿ ਜਿਹੜੀਆਂ ਜਿਹੜਾ ਜਸਟਿਸ ਹੈ ਉਹ ਜਲਦ ਤੋਂ ਜਲਦ ਜਿੰਨਾ ਛੇਤੀ ਪ੍ਰਵੇਲ ਹੋਵੇ। ਜਿਹੜਾ ਸਾਡਾ ਸੁਪਰੀਮ ਕੋਰਟ ਆਫ ਇੰਡੀਆ ਉਹ ਵੀ ਇਹੀ ਚਾਹੁੰਦਾ ਕਿ ਜਲਦ ਤੋਂ ਜਲਦ ਜਿਹੜਾ ਇਹ ਜਸਟਿਸ ਲੋਕਾਂ ਨੂੰ ਪ੍ਰੋਵਾਈਡ ਕੀਤਾ। ਆਪਾਂ ਤੁਹਾਨੂੰ ਦੋਨਾਂ ਨੂੰ ਫਿਰ ਇੱਕ ਲਾਸਟ ਸਵਾਲ ਹੈ, ਇੱਕ ਦੋਨਾਂ ਨੂੰ ਆਪਾਂ ਦੱਸਦੇ ਹਾਂ, ਕਿਉਂਕਿ ਇੱਕ ਆਪਾਂ ਕਿਸਾਓ ਮਸਲੇ ਦੀ ਗੱਲ ਕੀਤੀ ਜਦੋਂ ਕਿਸਾਨ ਨੂੰ ਫਾਂਸੀ ਹੋਈ ਸੀ, ਇੱਕ ਵੱਡਾ 26/11 ਜਿਹੜਾ ਹੁਣ ਵੀ ਜਾਣਿਆ ਜਾਂਦਾ, ਦਿਲ ਦਹਿਲ ਜਾਂਦਾ ਉਹ ਗੱਲ ਸੁਣ ਕੇ। 26/11 ਨੂੰ ਇੱਕ ਅਜਿਹਾ ਹਮਲਾ ਕੀਤਾ ਸੀ ਤਾਜ ਹੋਟਲ ਦੇ ਉੱਤੇ ਇੱਕ ਕਿਸਾਬ ਦੇ ਵੱਲੋਂ, ਮੈਨੂੰ ਫਾਂਸੀ ਹੁੰਦੀ ਆ। ਉਸ ਤੋਂ ਬਾਅਦ ਅਜਿਹਾ ਦੇਖਣ ਨੂੰ ਨਹੀਂ ਮਿਲਿਆ, ਆਪਾਂ ਸ਼ੁਕਰ ਕਰਦੇ ਹਾਂ ਪਰਮਾਤਮਾ ਨੂੰ, ਚਲੋ ਅਜਿਹਾ ਨਹੀਂ ਹੋਇਆ, ਪਰ ਕਿਤੇ ਨਾ ਕਿਤੇ ਉਹ ਉਦਾਹਰਣ ਦਾ ਸੈੱਟ ਜ਼ਰੂਰ ਹੋਈ ਆ, ਮੰਨਦੇ ਹੋ? ਬਿਲਕੁਲ, ਮੈਂ ਦੱਸਣਾ ਚਾਹੂੰਗਾ ਜਿਹੜਾ 26/11 ਦਾ ਅਟੈਕ ਹੋਇਆ ਸੀਗਾ ਬੰਬੇ ਵਿਖੇ, ਉਹ ਇੱਕ ਟੈਰਰਿਸਟ ਐਕਟੀਵਿਟੀ ਸੀਗੀ, ਉਹ ਕ੍ਰਾਈਮ ਤੋਂ ਹਟ ਕੇ ਇੱਕ ਕ੍ਰਾਈਮ ਦੇ ਕ੍ਰਾਈਮ ਹੁੰਦਾ ਜਿਹੜੇ ਸਾਡੇ ਲੋਕ ਕਰਦੇ ਆ ਉਹਨੂੰ ਅਸੀਂ ਕ੍ਰਾਈਮ ਕਹਿ ਸਕਦੇ ਹਾਂ, ਵਕੀਲ ਸਾਹਿਬ ਜੇ ਤੁਸੀਂ ਮੇਰਾ ਸਹਿਮਤ ਹੋ, ਉਹ ਸੀਗੀ ਟੈਰਰਿਸਟ ਐਕਟੀਵਿਟੀ ਸੀਗੀ, ਉਹ ਇੱਕ ਇਗਜ਼ਾਮਪਲ ਸੈੱਟ ਕੀਤੀ ਸੀ ਉਹਨਾਂ ਆਤੰਕਵਾਦੀਆਂ ਲਈ ਕਿ ਜੇਕਰ ਤੁਸੀਂ ਸਾਡੇ ਦੇਸ਼ ਵੱਲ ਮੂੰਹ ਕਰੋਗੇ ਤਾਂ ਅਜਿਹਾ ਨਸ਼ਰ ਤੁਹਾਨੂੰ ਭੁਗਤਣਾ ਪਏਗਾ। ਮੈਂ ਸਵਾਗਤ ਕਰਦਾ ਹਾਂ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਰਦਾ, ਸਾਡਾ ਨੰਗਲ ਸ਼ਹਿਰ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਨਾਨਕਰਾ, ਉੱਥੇ ਦੇ ਇੱਕ ਨਿੱਜੀ ਸਕੂਲ ਚਲਾਉਣ ਵਾਲੇ ਵਿਅਕਤੀ ਉੱਤੇ ਮਾਮਲਾ ਦਰਜ ਹੋਇਆ ਸੀ, ਅਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਵੀ ਕਵਰਿੰਗ ਵਗੈਰਾ ਕੀਤੀ, ਅਤੇ ਇੱਕ ਆਲਾ ਪੁਲਿਸ ਅਧਿਕਾਰੀ ਨਾਲ ਜਦੋਂ ਅਸੀਂ ਬੈਠੇ ਸੀ, ਅਸੀਂ ਕਹਿ ਰਹੇ ਸੀ ਉਹਨਾਂ ਨੂੰ ਕਿ ਤੁਸੀਂ ਕਦੋਂ ਉਹਨਾਂ ਨੂੰ ਪਕੜੋਗੇ, ਕੀ ਕਰੋਗੇ, ਥੋੜ੍ਹਾ ਡਿਟੇਲ 'ਚ ਦੱਸ ਦਿਓ। ਉਸ ਪੁਲਿਸ ਅਫਸਰ ਨੇ ਬੋਲਿਆ ਕਿ ਮੇਰੀ ਬੇਟੀ ਹੈ, ਮੈਨੂੰ ਮੇਰੀ ਬੇਟੀ ਦਾ ਫੋਨ ਆਉਂਦਾ ਕਿ ਪਾਪਾ ਤੁਹਾਡੇ ਥਾਣੇ ਦੇ ਵਿੱਚ ਇਸ ਤਰ੍ਹਾਂ ਦਾ ਐਡਾ ਵੱਡਾ ਕ੍ਰਾਈਮ ਹੋ ਜਾਂਦਾ ਹੈ ਜਿੱਥੇ ਬੱਚੀਆਂ ਸੇਵ ਨਹੀਂ ਹੈ, ਤੁਸੀਂ ਪੁਲਿਸ ਅਫਸਰ ਹੋ ਮੌਜੂਦਾ, ਮੈਂ ਵੀ ਤੁਹਾਡੀ ਧੀ ਹਾਂ, ਉਹ ਵੀ ਤੁਹਾਡੀ ਧੀਆਂ ਵਰਗੀਆਂ ਨੇ ਜਿਨ੍ਹਾਂ ਨਾਲ ਅਜਿਹਾ ਹੋਇਆ। ਤਾਂ ਉਹ ਪੁਲਿਸ ਅਧਿਕਾਰੀ ਸੀਗੀ, ਉਸਦੀ ਰੂਹ ਕੰਬ ਗਈ ਸੀ, ਅਤੇ ਕਿ ਮੇਰੀ ਬੇਟੀ ਨੇ ਅਜਿਹੇ ਸਵਾਲ ਪੁੱਛੇ ਮੈਨੂੰ, ਤਾਂ ਉਹ ਬੇਟੀਆਂ ਵੀ ਅਜਿਹੇ ਸਵਾਲ ਆਪਣੇ ਬਾਪ ਨੂੰ ਪੁੱਛ ਰਹੀਆਂ ਹੋਣਗੀਆਂ ਕਿ ਸਾਨੂੰ ਕਦੋਂ ਇਨਸਾਫ ਮਿਲੇਗਾ। ਅਤੇ ਉਹਨਾਂ ਨੇ ਬੜੀ ਜਲਦ ਆਪਣਾ ਮੌਲਿਕ ਫਰਜ਼ ਨਿਭਾਉਂਦੇ ਹੋਏ ਉਸ ਆਰੋਪੀ ਨੂੰ ਪਕੜ ਕੇ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਦਿੱਤਾ ਸੀ। ਜੇਕਰ ਸਾਰੇ ਪ੍ਰਸ਼ਾਸਨ ਆਪਣੇ ਮੌਲਿਕ ਅਧਿਕਾਰ ਸਮਝ ਕੇ, ਆਪਣਾ ਨਿੱਜੀ ਸਮਝ ਕੇ ਕਿ ਕਾਨੂੰਨ ਦੀ ਰੱਖਿਆ ਅਸੀਂ ਕਰਨੀ ਹੈ, ਜਿਹੜਾ ਕਾਨੂੰਨ ਭੰਗ ਕਰੇਗਾ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਹੈ, ਕੋਈ ਉਸਦੀ ਸਿਫਾਰਿਸ਼ ਕਰੇਗਾ ਅਸੀਂ ਉਸਨੂੰ ਨਹੀਂ ਮੰਨਣਾ, ਕਾਨੂੰਨ ਦੇ ਉੱਪਰ ਕੁਛ ਨਹੀਂ ਹੈ, ਤਾਂ ਸਾਡਾ ਦੇਸ਼ ਵੀ ਕ੍ਰਾਈਮ ਮੁਕਤ ਹੋ ਸਕਦਾ ਹੈ। ਸੰਵਿਧਾਨ ਦੀ ਸਹੁੰ ਖਾਧੀ ਜਾਂਦੀ ਹੈ ਜੀ ਜਦੋਂ ਕੋਈ ਅਧਿਕਾਰੀ ਹੁੰਦਾ ਹੈ। ਵਕੀਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼ ਨੂੰ? ਲਾਸਟ ਸਵਾਲ ਹੈ, ਚੰਦ ਸ਼ਬਦਾਂ ਵਿੱਚ ਦੱਸ ਦਿਓ ਕ੍ਰਾਈਮ ਰੇਟ ਕਿਸ ਤਰ੍ਹਾਂ ਘੱਟ ਸਕਦਾ ਹੈ। ਮੈਂ ਤੁਹਾਨੂੰ ਭਗਵੰਤ ਜੀ ਪਹਿਲਾਂ ਵੀ ਬੋਲਿਆ ਸੀਗਾ ਕਿ ਜੇਕਰ ਪ੍ਰਸ਼ਾਸਨ, ਪੁਲਿਸ ਔਰ ਜਿਹੜੇ ਸਾਡੇ ਲੋਕਲ ਪਿੰਡਾਂ ਦੇ ਲੋਕ ਹੈ, ਜੇ ਇਹਨਾਂ ਦਾ ਰਾਬਤਾ ਸਹੀ ਢੰਗ ਨਾਲ ਹੋ ਜਾਵੇ ਔਰ ਰਾਜਨੀਤਿਕ ਲੋਕਾਂ ਦਾ ਜਿਹੜੀ ਇੰਟਰਫੇਰੈਂਸ ਹੈ ਉਹ ਥਾਣੇ ਤੱਕ ਨਾ ਹੋਵੇ, ਤਾਂ ਅਸੀਂ ਸੋਚ ਸਕਦੇ ਕਿ ਜਿਹੜਾ ਕ੍ਰਾਈਮ ਹੈ ਉਹ ਘਟਣ, ਬਿਲਕੁਲ ਬਿਲਕੁਲ ਘਟੇਗਾ। ਔਰ ਇਹ ਪਹਿਲ ਸਭ ਤੋਂ ਪਹਿਲਾਂ ਰਾਜਨੀਤਿਕ ਲੋਕਾਂ ਨੂੰ ਕਰਨੀ ਪੈਣੀ ਕਿ ਜਿਹਨਾਂ ਜਿਹੜੇ ਤੁਹਾਡੇ ਪਿੱਛੇ ਸੁਰੱਖਿਆ ਲੈ ਰਹੇ, ਜਿਹਨਾਂ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ, ਕਿ ਉਹ ਸਮਾਜ ਲਈ ਕਿੰਨਾ ਖਤਰਨਾਕ ਹੈ। ਇਹ ਪਹਿਲ
ਪਹਿਲਾਂ ਰਾਜਨੀਤਿਕ ਲੋਕਾਂ ਤੋਂ, ਫਿਰ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਲੋਕਲ ਲੋਕ, ਜਦ ਤੱਕ ਇਹ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਕ੍ਰਾਈਮ ਰੇਟ ਜਿਹੜਾ ਉਹ ਨਹੀਂ ਘਟਦਾ। ਇੱਕਜੁੱਟ ਹੋਣ ਦੀ ਗੱਲ ਕੀਤੀ ਆ ਵੀ ਇੱਕਜੁੱਟ ਹੋਣਾ ਚਾਹੀਦਾ ਹੈ ਕ੍ਰਾਈਮ ਘਟਾਉਣ ਦੇ ਲਈ, ਸਾਨੂੰ ਸਭ ਨੂੰ ਇੱਕਜੁੱਟ ਹੋਣਾ ਚਾਹੀਦਾ, ਕਿਉਂਕਿ ਜਦੋਂ ਕੋਈ ਕ੍ਰਾਈਮ ਹੁੰਦਾ ਹੈ ਆਪਾਂ ਧਰਨਾ ਪ੍ਰਦਰਸ਼ਨ ਇਕੱਠੇ ਹੋ ਕੇ ਸੜਕਾਂ ਦੇ ਉੱਤੇ ਆ ਜਾਂਦੇ ਹਾਂ, ਅਤੇ ਉਹ ਆਪਾਂ ਜਿਹੜੀ ਸਾਡੀ ਮੁਸ਼ਕਲ ਹੁੰਦੀ ਆ ਜਾਂ ਸਾਡਾ ਜਿਹੜਾ ਜਿਸ ਕ੍ਰਾਈਮ ਨੂੰ ਆਪਾਂ ਰੋਕਣਾ ਚਾਹੁੰਦੇ ਹਾਂ, ਔਰ ਜਦੋਂ ਆਪਾਂ ਇਕੱਠੇ ਹੋ ਕੇ ਸੜਕਾਂ 'ਤੇ ਬਹਿੰਦੇ ਉਹ ਕ੍ਰਾਈਮ ਜਿਹੜਾ ਰੁਕ ਵੀ ਜਾਂਦਾ ਅਤੇ ਸਾਡਾ ਮਤਲਬ ਵੀ ਹੱਲ ਹੋ ਜਾਂਦਾ ਹੈ। ਸੜਕਾਂ ਦੇ ਇਕੱਠੇ ਹੋਣ ਦੇ ਨਾਲੋਂ ਕੀ ਆਪਾਂ ਪਿੰਡ ਲੈਵਲ 'ਤੇ ਜਾਂ ਆਪਾਂ ਆਪਣੇ ਜਿਹੜਾ ਭਾਈਚਾਰਾ ਹੈ ਆਪਾਂ ਇੱਕਜੁੱਟ ਪਹਿਲਾਂ ਹੋ ਕੇ ਰਹੀਏ ਤਾਂ ਕਿ ਕ੍ਰਾਈਮ ਰੇਟ ਘੱਟ ਨਹੀਂ ਸਕਦਾ। ਦੇਖੋ ਭਗਵੰਤ, ਗੱਲ ਹੈ ਜੇ ਇੱਕਜੁੱਟ ਕਦੋਂ ਹੋਣਾ ਪੈਂਦਾ ਹੈ, ਜਦੋਂ ਕੋਈ ਹਾਦਸਾ ਇਸ ਤਰ੍ਹਾਂ ਦਾ, ਵੈਸੇ ਤਾਂ ਅਸੀਂ ਇੱਕਜੁੱਟ ਹੁੰਦੇ ਹਾਂ ਪਰ ਜਦੋਂ ਕ੍ਰਾਈਮ ਹੁੰਦਾ ਉਸ ਤੋਂ ਬਾਅਦ ਇੱਕਜੁੱਟ ਦੀ ਗੱਲ ਕਰ ਰਹੇ ਹੋ ਤੁਸੀਂ। ਇੱਕਜੁੱਟ ਹੋ ਕੇ ਸਾਡਾ ਹੁੰਦਾ ਹੈ ਕਿ ਅਸੀਂ ਪ੍ਰਸ਼ਾਸਨ 'ਤੇ ਆਪਣਾ ਦਬਾਅ ਪਾਈਏ ਤਾਂ ਕਿ ਉਹ ਜਲਦੀ ਤੋਂ ਜਲਦੀ ਕਾਰਵਾਈ ਕਰੇ। ਗੱਲ ਉਹੀ ਹੈ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਇੱਕ ਡਰ ਜ਼ਰੂਰੀ ਹੈ, ਜਦੋਂ ਅਸੀਂ ਇਕੱਠੇ ਹੋ ਜਾਂਦੇ ਤਾਂ ਪ੍ਰਸ਼ਾਸਨ ਨੂੰ ਡਰ ਬਣ ਜਾਂਦਾ, ਉਹ ਡਰ ਜ਼ਰੂਰੀ ਹੈ, ਚਾਹੇ ਪ੍ਰਸ਼ਾਸਨ ਵਾਸਤੇ ਹੋਵੇ, ਚਾਹੇ ਆਮ ਕ੍ਰਾਈਮ ਕਰਨ ਵਾਲੇ ਵਾਸਤੇ ਹੋਵੇ ਜਾਂ ਕਿਸੇ ਵੀ ਵਾਸਤੇ ਹੋਵੇ, ਡਰ ਇੱਕ ਜ਼ਰੂਰੀ ਹੁੰਦਾ ਹੈ। ਜੇਕਰ ਘਰ ਦੇ ਵਿੱਚ ਬੱਚੇ ਨੂੰ ਪਿਓ ਦਾ ਡਰ ਨਹੀਂ ਹੋਏਗਾ ਤਾਂ ਬੱਚਾ ਕੀ ਕਰੇਗਾ। ਵੱਡੀ ਇਗਜ਼ਾਮਪਲ, ਸਭ ਤੋਂ ਛੋਟੀ ਇਗਜ਼ਾਮਪਲ ਤੁਹਾਨੂੰ ਦੱਸੀਏ, ਜੇਕਰ ਘਰ ਦੇ ਵਿੱਚ ਬੱਚੇ ਨੂੰ ਆਪਣੇ ਮਾਂ ਪਿਓ ਦਾ ਡਰ ਨਹੀਂ ਹੋਏਗਾ ਤਾਂ ਬੱਚਾ ਵਿਗੜੇਗਾ। ਤਾਂ ਇਸ ਲਈ ਜ਼ਰੂਰੀ ਹੈ ਕਿ ਡਰ ਵੀ ਜ਼ਰੂਰੀ ਹੈ, ਅਤੇ ਅਜਿਹੀਆਂ ਇਗਜ਼ਾਮਪਲਾਂ ਜਿਵੇਂ ਅੱਜ ਮਾਣਯੋਗ ਅਦਾਲਤ ਨੇ ਦਿੱਤੀ ਹੈ ਇਗਜ਼ਾਮਪਲ, ਇੱਕ ਇਤਿਹਾਸਿਕ ਫੈਸਲਾ ਦਿੱਤਾ, ਅਜਿਹੇ ਫੈਸਲੇ ਜਲਦ ਤੋਂ ਜਲਦ ਆਉਂਦੇ ਰਹਿਣੇ ਚਾਹੀਦੇ ਤਾਂ ਕਿ ਇੱਕ ਡਰ ਹੈ ਉਹ ਜ਼ਰੂਰ ਬਣਿਆ ਰਹੇ। ਸਾਡੀ ਕੋਈ ਨਿੱਜੀ ਟਿੱਪਣੀ ਨਹੀਂ ਹੈ ਕਿਸੇ ਉੱਤੇ, ਇਹ ਸਾਡੇ ਇੱਕ ਨਿੱਜੀ ਵਿਚਾਰ ਹੈ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਆਪਣੇ ਸੋਸ਼ਲ ਮੀਡੀਆ ਰਾਹੀਂ ਪਹੁੰਚਾ ਰਹੇ ਹਾਂ। ਜੀ, ਮੈਂ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਇਕੱਠੇ ਕਿਉਂ ਹੋਣਾ ਪੈਂਦਾ। ਮੇਰੇ ਇਲਾਕੇ ਦੀ ਗੱਲ ਹੈ, ਇੱਕ ਮਹੀਨੇ ਦੇ ਵਿੱਚ 5 ਮੌਤਾਂ ਹੋ ਗਈਆਂ ਸੀ ਟਿੱਪਰ ਦੇ ਨਾਲ, ਤੁਸੀਂ ਸਾਰਿਆਂ ਨੇ ਕਵਰ ਕੀਤਾ ਸੀਗਾ। ਜੀ ਜੀ, 2 ਬੱਚੇ PI ਜੇਰੇ ਇਲਾਜ ਅਧੀਨ ਸੀਗੇ, ਲੋਕ ਇਕੱਠੇ ਹੋਏ, ਉਸ ਤੋਂ ਬਾਅਦ ਅੱਜ ਤੱਕ ਇੱਕ ਮੌਤ ਨਹੀਂ ਹੋਈ ਐਕਸੀਡੈਂਟ ਦੇ ਨਾਲ। ਕਿਉਂ? ਲੋਕਾਂ ਨੇ ਡਿਸਾਈਡ ਕੀਤਾ ਸੀ ਉੱਥੇ ਕਿ ਕੋਈ ਵੀ ਭਰਿਆ ਹੋਇਆ ਜਿਹੜੀ ਗੱਡੀ ਹੈ ਜਾਂ ਟਿੱਪਰ ਆ, ਉਹ ਰਾਤ ਦਿਨ ਟਾਈਮ ਦੇ ਵਿੱਚ ਇਸ ਰੋਡ 'ਤੇ ਨਹੀਂ ਜਾਊਂਗੇ। ਜਦੋਂ ਲੋਕਾਂ ਦਾ ਇਕੱਠ ਸੀਗਾ, ਉਸ ਇਕੱਠ ਨੇ ਮਜਬੂਰ ਕੀਤਾ ਪ੍ਰਸ਼ਾਸਨ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ, ਔਰ ਉਸ ਤੋਂ ਬਾਅਦ ਜੋ ਉਸ ਟਾਈਮ ਹੋਈਆਂ ਇੱਕ ਮਹੀਨੇ ਦੇ ਅੰਦਰ ਅੰਦਰ, ਉਸ ਤੋਂ ਬਾਅਦ ਕੋਈ ਮੌਤ ਜਿਹੜੀ ਸਾਡੇ ਰੋਡ 'ਤੇ ਨਹੀਂ ਹੋਈ, ਕਿਉਂਕਿ ਲੋਕ ਜਿਹੜੇ ਸੀਗੇ ਉਹ ਜਾਗਰੂਕ ਹੋਏ ਆ। ਇਸ ਲਈ ਹੁਣ ਵੀ ਜਾਗਰੂਕ ਹੋਣ ਦੀ ਲੋੜ ਹੈ ਕਿ ਜੋ ਕੋਈ ਵੀ ਜੇਕਰ ਕ੍ਰਾਈਮ ਕਰਦਾ ਹੈ, ਹੈ ਨਾ, ਅਸੀਂ ਉਹਨੂੰ ਪ੍ਰੋਟੈਕਟ ਨਾ ਕਰੀਏ ਔਰ ਉਹਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਾਨੂੰ ਵੀ ਪਤਾ ਕਿ ਸਾਡੇ ਪਿੰਡ 'ਚ ਕੌਣ ਵੇਚਦਾ ਹੈ ਜਾਂ ਨਾਲ ਦੇ ਪਿੰਡ 'ਚ ਕੌਣ ਵੇਚਦਾ ਹੈ, ਕੁਛ ਵੀ ਕਿਆ ਕ੍ਰਾਈਮ ਕਰਦਾ, ਉਹਨੂੰ ਕੰਟਰੋਲ ਕਰਨ ਵਾਸਤੇ ਸਾਡੀ ਡਿਊਟੀ, ਪ੍ਰਸ਼ਾਸਨ ਦੀ ਡਿਊਟੀ ਇੱਕਜੁੱਟ ਹੋਣ ਦੀ ਹੈਗੀ ਹੈ। ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕੋ ਗੱਲ ਦੇ ਉੱਤੇ ਜਿਹੜਾ ਇਹ ਫੋਕਸ ਕੀਤਾ ਹੈ ਲੋਕਾਂ ਨੂੰ ਸਮਝਾਉਣ ਦੇ ਲਈ ਜਾਂ ਲੋਕਾਂ ਦੇ ਨਾਲ ਵਿਚਾਰ ਚਰਚਾ ਕਰਨ ਦੇ ਲਈ, ਜਿਹੜੇ ਸਾਡੇ ਨਾਲ ਵਿਸ਼ਾਲ ਸੈਣੀ ਹੋਣੀ ਐਡਵੋਕੇਟ, ਉਹ ਸਾਡੇ ਨਾਲ ਬੈਠੇ ਸੀ, ਅਤੇ MD ਪੰਜਾਬ TV Prime ਦੇ ਰਕੇਸ਼ ਰਾਣਾ ਜੀ ਸਾਡੇ ਨਾਲ ਬੈਠੇ ਸੀ। ਅਤੇ ਇੱਕ ਗੱਲ ਦੇ ਉੱਤੇ ਜਿਹੜੀ ਆਪਾਂ ਵਾਰ ਵਾਰ ਗੱਲ ਕੀਤੀ ਕਿ ਡਰ, ਜੇਕਰ ਕਾਨੂੰਨ ਦਾ ਡਰ ਰਹੂਗਾ, ਅਦਾਲਤ ਦਾ ਡਰ ਰਹੂਗਾ, ਤਾਂ ਕ੍ਰਾਈਮ ਰੇਟ ਖੁਦ ਘੱਟ ਜੂਗਾ। ਅਤੇ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਦੋਂ ਆਪਾਂ ਇਕੱਠ ਕਰਕੇ ਸੜਕਾਂ ਦੇ ਉੱਤੇ ਬਹਿੰਦੇ ਆ ਕੇ, ਅਤੇ ਪ੍ਰਸ਼ਾਸਨ ਦੇ ਉੱਤੇ ਉਸ ਚੀਜ਼ ਦਾ ਦਬਾਅ ਬਣ ਜਾਂਦਾ ਹੈ ਕਿ ਹੁਣ ਸੜਕਾਂ ਦੇ ਉੱਤੇ ਬਹਿ ਗਏ ਤਾਂ ਸਾਨੂੰ ਹੱਲ ਜਲਦ ਤੋਂ ਜਲਦ ਕਰਨਾ ਪਊਗਾ, ਹਾਲਾਂਕਿ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੁੰਦਾ ਪਰ ਸਪੀਡ ਦੁੱਗਣੀ ਹੋ ਜਾਂਦੀ ਹੈ ਜਦੋਂ ਲੋਕ ਸੜਕਾਂ ਦੇ ਉੱਤੇ ਆ ਜਾਂਦੇ ਆ। ਇਸੇ ਤਰ੍ਹਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਏਕਾ ਜ਼ਰੂਰ ਸਾਡਾ ਹੋਣਾ ਚਾਹੀਦਾ ਪਹਿਲ ਦੇ ਆਧਾਰ 'ਤੇ, ਕਿਉਂਕਿ ਜਦੋਂ ਸਾਡਾ ਪਹਿਲਾਂ ਹੀ ਏਕਾ ਹੈਗਾ ਤਾਂ ਸਰਕਾਰਾਂ ਨੂੰ ਵੀ ਸਾਡਾ ਡਰ ਹੋਊਗਾ, ਪ੍ਰਸ਼ਾਸਨ ਵੀ ਡਰ ਹੋਊਗਾ ਕਿ ਇਹ ਪਿੰਡ ਜਾਂ ਇਹ ਹਲਕਾ ਇੱਕਜੁੱਟ ਹੈ, ਜੇਕਰ ਆਪਾਂ ਇਹਨਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਜਾਂ ਇੱਥੇ
ਕ੍ਰਾਈਮ ਕੋਈ ਹੋਇਆ ਜੇ ਆਪਾਂ ਜਲਦ ਤੋਂ ਜਲਦ ਤੇ ਕਾਰਵਾਈ ਨਹੀਂ ਕੀਤੀ ਤਾਂ ਇਹ ਲੋਕ ਸੜਕਾਂ ਦੇ ਉੱਤੇ ਉਤਰ ਜਾਣਗੇ। ਉਹਨਾਂ ਨੂੰ ਸੜਕਾਂ ਦੇ ਉੱਤੇ ਉਤਰਨ ਤੋਂ ਪਹਿਲਾਂ ਹੀ ਉਹ ਕ੍ਰਾਈਮ ਦਾ ਜਿਹੜਾ ਹੈ ਹੱਲ ਜਾਂ ਉਹ ਕ੍ਰਾਈਮ ਦੇ ਦੋਸ਼ੀਆਂ ਨੂੰ ਫੜ ਕੇ ਤੁਹਾਡੇ ਸਾਹਮਣੇ ਖੜੇ ਕਰ ਦੇਣਗੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਇਹ ਸਰਕਾਰਾਂ। ਇਸ ਕਰਕੇ ਤੁਹਾਡਾ ਇੱਕ ਸਭ ਤੋਂ ਜ਼ਰੂਰੀ ਹੈ ਅਤੇ ਆਪਾਂ ਫਿਰ ਸਵਾਗਤ ਕਰਦੇ ਹਾਂ ਅਦਾਲਤ ਦੇ ਅੱਜ ਦੇ ਇਸ ਫੈਸਲੇ ਦਾ। ਮਾਣਯੋਗ ਅਦਾਲਤ ਲੁਧਿਆਣਾ ਤੋਂ ਫੈਸਲਾ ਜਿਹੜਾ ਕਰਦੀ ਹੈ ਦਿਲਰੋਜ਼ ਦੀ ਕਾਤਲ ਗੁਆਂਢਣ ਮੂੰਹ ਬੋਲੀ ਭੂਆ ਜਿਸਦੇ ਵੱਲੋਂ 2 ਸਾਲ ਦੀ ਬੱਚੀ ਨੂੰ ਛੋਟੀ ਬੱਚੀ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਅੱਜ 2.5 ਸਾਲ ਦੇ ਬਾਅਦ ਉਹਦਾ ਇਨਸਾਫ ਮਿਲਿਆ ਹੈ, ਫਾਂਸੀ ਦੀ ਸਜ਼ਾ ਮਿਲੀ ਹੈ। ਸਵਾਗਤ ਕਰਦੇ ਹਾਂ ਇਸ ਫੈਸਲੇ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।